oldi hazırı. Judge da vichar. ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਹੋ ਅਤੇ ਮੈਂ ਹਾਂ ਸਵਰਨ ਸਿੰਘ ਟਹਿਣਾ। ਹਰ ਰੋਜ਼ ਦੀ ਤਰ੍ਹਾਂ ਅਸੀਂ ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਤੇ ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਹੀ ਮੈਡਮ ਹਰਮਨ ਥਿੰਦ ਹੋਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਹੁਤ ਵਧੀਆ। ਅੱਜ ਪ੍ਰੋਗਰਾਮ ਦੀ ਸ਼ੁਰੂਆਤ ਤੁਸੀਂ ਕੀਤੀ ਜੀ, ਅੱਛਾ ਲੱਗਿਆ। ਚਲੋ ਮਿਹਰਬਾਨੀ, ਚੱਜ ਦਾ ਵਿਚਾਰ ਵੀ ਦਿਓ। ਨਹੀਂ ਉਹ ਤੁਸੀਂ ਦਿਓ, ਪਰ ਹਾਂ ਮੈਂ ਚੱਜ ਦਾ ਵਿਚਾਰ ਦੇਣ ਤੋਂ ਪਹਿਲਾਂ ਉਹ ਤਾਂ ਤੁਸੀਂ ਦਿਓਗੇ। ਇੱਕ ਨਾ ਮੈਂ ਰਾਤ ਪੜਿਆ ਤੇ ਮੈਨੂੰ ਬੜਾ ਚੰਗਾ ਲੱਗਾ। ਉਹ ਜ਼ਿੰਦਗੀ ਦੇ ਤਰਕ ਦੇ ਨਾਲ ਜੁੜੀ ਹੋਈ ਗੱਲ ਆ ਕਿ ਉਡਨੇ ਦੋ ਪਰਿੰਦੋਂ ਕੋ ਇਨ ਆਜ਼ਾਦ ਫਿਜ਼ਾਓਂ ਮੇ, ਵਾਹ, ਉਡਨੇ ਦੋ ਪਰਿੰਦੋਂ ਕੋ ਇਨ ਆਜ਼ਾਦ ਫਿਜ਼ਾਓਂ ਮੇ ਲੌਟ ਆਏਗੇ ਏਕ ਦਿਨ ਅਗਰ ਵੋ ਤੇਰੇ ਹੋਗੇ। ਵਾਹ, ਬੰਦੇ ਨੂੰ ਉੱਡਣ ਦਾ ਮੌਕਾ ਮਿਲਣਾ ਚਾਹੀਦਾ। ਜਿਹੜੇ ਕਹਿੰਦੇ ਆ ਉੱਡ ਜਾਣਾ, ਅਸੀਂ ਹੋਰ ਕਿਤੇ ਜਾਣਾ, ਉਹਨਾਂ ਨੂੰ ਜਾਣ ਦਾ ਵੱਧ ਤੋਂ ਵੱਧ ਮੌਕਾ ਦਿਓ। ਬਿਲਕੁਲ ਠੀਕ ਹੈ। ਲੋੜ ਹੋਈ, ਮੌਕਾ ਹੋਇਆ, ਵਾਪਸ ਆ ਜਾਣਗੇ। ਜੇ ਤੁਹਾਡੀ ਛਤਰੀ ਦੀ ਲੋੜ ਹੋਈ ਤੁਹਾਡੇ ਕੋਲੇ ਆ ਜਾਣਗੇ, ਨਹੀਂ ਤਾਂ ਜਾਣ ਦਿਓ। ਵਾਕਈ, ਪਰ ਜਿਹੜਾ ਚਾਹੀਦਾ ਵਿਚਾਰਾ ਅੱਜ ਮੈਂ ਲੈ ਕੇ ਆਈ ਹਾਂ ਉਹ ਥੋੜ੍ਹਾ ਜਿਹਾ ਅਲੱਗ ਹੈ, ਥੋੜ੍ਹਾ ਕਿ ਬਹੁਤ ਜ਼ਿਆਦਾ ਅਲੱਗ ਹੈ। ਕਹਿੰਦੇ ਕਿ ਹੌਸਲੇ ਕਿਸੇ ਹਕੀਮ ਤੋਂ ਘੱਟ ਨਹੀਂ ਹੁੰਦੇ, ਹਰ ਤਕਲੀਫ ਦੇ ਵਿੱਚ ਤਾਕਤ ਦੀ ਦਵਾ ਦਿੰਦੇ। ਵਾਹ, ਹੈ ਨਾ, ਬਹੁਤ ਵਧੀਆ ਗੱਲ ਆ। ਹੌਸਲਾ ਹੋਵੇ ਤਾਂ ਬੰਦਾ ਕੁਛ ਵੀ ਕਰ ਸਕਦਾ। ਜੇ ਹੌਸਲਾ, ਮਤਲਬ ਮੈਂ ਕਿਤੇ ਪੜ੍ਹਿਆ ਸੀ ਲਿਖਿਆ ਹੋਇਆ, ਕਹਿੰਦੇ ਹੌਸਲਾ ਹੋਏ ਤਾਂ ਬੰਦਾ ਪੱਥਰ, ਪਹਾੜ, ਜੋ ਮਰਜ਼ੀ ਚੁੱਕ ਸਕਦਾ, ਤੋੜ ਸਕਦਾ, ਆਪਣੀ ਤਾਕਤ ਵਿਖਾ ਸਕਦਾ। ਜੇ ਹੌਸਲਾ ਨਾ ਹੋਏ ਤਾਂ ਇੱਕ ਖੰਭ ਚੁੱਕਣਾ ਵੀ ਔਖਾ। ਬੇਹਿੰਮਤੇ ਹੀ ਸ਼ਿਕਵੇ ਕਰਨ ਮੁਕਦਰਾਂ ਤੇ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੀ ਪੱਥਰਾਂ ਦੇ। ਦੇਖੋ ਜੀ, ਹੌਸਲੇ ਬਿਨਾ ਕੋਈ ਉਡਾਰੀ ਨਹੀਂ ਭਰੀ ਜਾ ਸਕਦੀ। ਇੱਕ ਦਿਨ ਆਪਾਂ ਅੱਗੇ ਵੀ ਗੱਲ ਕੀਤੀ ਸੀ, ਪੰਛੀ ਨੂੰ ਸਭ ਤੋਂ ਵੱਧ ਆਪਣੇ ਖੰਭਾਂ ਦੇ ਉੱਤੇ ਮਾਣ ਹੁੰਦਾ। ਉਹ ਜਾਣਦੇ ਹੁੰਦੇ ਕਿ ਅਸੀਂ ਹਵਾ ਨੂੰ ਚੀਰ ਕੇ ਵੀ ਅੱਗੇ ਵੱਧ ਸਕਦੇ ਹਾਂ। ਬਿਲਕੁਲ, ਅਸੀਂ ਡੇਗ ਨਹੀਂ ਸਕਦੇ। ਜਿਹੜਾ ਪੰਛੀ ਆ ਉਹ ਟਾਣੀ ਦੇ ਉੱਤੇ ਬੈਠਾ ਵੀ ਕਦੇ ਘਬਰਾਉਂਦਾ ਨੀਗਾ, ਜਿੰਨੇ ਮਰਜ਼ੀ ਝੋਲੇ ਵੱਜੀ ਜਾਣ, ਉਹਨੂੰ ਆਪਣੇ ਖੰਭਾਂ ਦੇ ਉੱਤੇ ਮਾਣ ਹੁੰਦਾ। ਇਨਸਾਨ ਨੂੰ ਆਪਣੇ ਹੁਨਰ ਦੇ ਉੱਤੇ, ਆਪਣੀ ਕਾਬਲੀਅਤ ਦੇ ਉੱਤੇ, ਆਪਣੀ ਲਿਆਕਤ ਦੇ ਉੱਤੇ, ਮੁਸ਼ਕਲਾਂ ਨੂੰ ਚੀਰ ਕੇ ਅੱਗੇ ਲੰਘਣ ਦੇ ਮਾਮਲੇ ਦੇ ਵਿੱਚ ਖੁਦ ਦੇ ਉੱਤੇ ਭਰੋਸਾ ਹੋਣਾ ਚਾਹੀਦਾ। ਵਾਕਈ ਹੋਣਾ ਚਾਹੀਦਾ। ਜਸਟਿਨ ਟਰੂਡੋ ਜਿਹੜੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਆ, ਭਾਰਤ ਦੇ ਦੌਰੇ ਦੇ ਉੱਤੇ ਆ, ਬੜੀ ਖੁਸ਼ੀ ਦੀ ਗੱਲ ਹੈ। ਉਹ ਭਾਰਤੀਆਂ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਇੰਨਾ ਮਾਣ ਸਤਿਕਾਰ ਦਿੰਦੇ ਆ, ਅਸੀਂ ਉਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਪਰ ਉਹਨਾਂ ਦੇ ਇਸ ਦੌਰੇ ਦੇ ਉੱਤੇ ਨਾ ਰਾਜਨੀਤੀ ਬੜੀ ਹੋ ਰਹੀ ਹੈ, ਬਹੁਤ ਜ਼ਿਆਦਾ। ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਤੇ ਜਦੋਂ ਆਏ ਕਦੀ ਹਾਂ ਕਦੀ ਨਾ, ਕਦੀ ਹਾਂ ਕਦੀ ਨਾ, ਕਦੀ ਹਾਂ ਕਦੀ ਨਾ, ਇਹੀ ਸਿਲਸਿਲਾ ਚੱਲਦਾ ਰਿਹਾ। ਮੈਂ ਤਾਂ ਇਸ ਗੱਲੋਂ ਹੈਰਾਨ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ, ਇਜ਼ਰਾਈਲ ਦਾ ਪ੍ਰਧਾਨ ਮੰਤਰੀ ਜਾਵੇ, ਪ੍ਰੋਟੋਕੋਲ ਤੋੜ ਤੋੜ ਕੇ ਵੀ ਜਫੀਆਂ ਪਾਉਣ ਜਾਂਦੇ ਆ। ਵਾਕਈ, ਕੋਈ ਸ਼ਿੰਜੋ ਅਬੇ ਹੋਰੀ ਆ ਜਾਣ ਉਹਨੂੰ ਮਿਲਣ ਜਾਂਦੇ ਆ, ਕੋਈ ਰਾਸ਼ਟਰਪਤੀ ਆ ਗਿਆ ਉਹਨੂੰ ਘੁੱਟ ਘੁੱਟ ਗਲਵੱਕੜੀਆਂ ਪਾਉਂਦੇ ਆ, ਗੁਲਦਸਤੇ ਭੇਟ ਕਰਦੇ ਆ। ਪਰ ਜਸਟਿਨ ਟਰੂਡੋ ਹੋਰੀ ਆਏ, ਆਪ ਨਹੀਂ ਗਏ, ਵਿੱਤ ਮੰਤਰੀ ਵੀ ਨਹੀਂ ਗਏ, ਵਿਦੇਸ਼ ਮੰਤਰੀ ਵੀ ਨਹੀਂ ਗਏ, ਇਦਾਂ ਨਾ ਵੀ ਬੰਦੇ ਦੀ ਲਾਗ ਡਾਟ ਨਹੀਂ ਹੁੰਦੀ ਵੀ ਤੂੰ ਕੀ ਕਰਨ ਆਇਆ ਇੱਥੇ, ਹੈ ਨਾ। ਪਰ ਇਹ ਫਿਰ ਵੀ ਟਰੂਡੋ ਹੋਰਾਂ ਦੀ ਜਿਹੜੀ ਮੇਰਾ ਖਿਆਲ ਆ ਫਿਰਾਕ ਦਲੀ ਆ, ਉਹਨਾਂ ਨੇ ਇਹ ਗੱਲ ਕਹੀ ਆ ਵੀ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਗੀ, ਅਸੀਂ ਦਾਵੋਸ ਖੇਤਰ ਦੇ ਵਿੱਚ ਮਿਲੇ ਸੀਗੇ, ਬੜੇ ਨਿੱਗ ਦੇ ਨਾਲ ਮਿਲੇ, ਸਾਡੇ ਮਨ 'ਚ ਇਹੋ ਜਿਹੀ ਕੋਈ ਗੱਲ ਨਹੀਂ, ਉਹ ਰੁਝੇਵੇਂ 'ਚ ਹੋਣਗੇ। ਬੰਦੇ ਕਮਾਉਣੇ, ਰਿਸ਼ਤੇ ਕਮਾਉਣੇ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਪਰ ਜਿਹੜੇ ਬੰਦੇ ਵਕਤ ਨੂੰ ਧੱਕਾ ਦੇ ਦਿੰਦੇ ਆ ਨਾ, ਉਹਨਾਂ ਦੀ ਵਕਤ ਵੀ ਮੇਰਾ ਖਿਆਲ ਕਦਰ ਨਹੀਂ ਕਰਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੜੀਆਂ ਕੀਤੀਆਂ ਜਸਟਿਨ ਟਰੂਡੋ ਦੇ ਮਾਮਲੇ ਦੇ ਵਿੱਚ, ਕਦੇ ਤਾਂ ਮੈਂ ਮਿਲੂੰਗਾ, ਕਦੇ ਮੈਂ ਸੱਜਣ ਤੇ ਸੋਹੀ ਦੇ ਨਾਲ ਨਹੀਂ ਮਿਲਣਾ, ਕਦੇ ਅਖੇ ਕੈਨੇਡਾ ਦੇ ਅਖ਼ਬਾਰਾਂ ਦੇ ਵਿੱਚ ਬਿਆਨ ਆ ਗਿਆ ਵੀ ਇਹਨਾਂ ਦਾ ਮਾਮਲਾ ਜਿਹੜਾ ਸੰਬੰਧ ਆ ਜਿਹੜਾ ਖਾਲਿਸਤਾਨ ਨਾਲ ਨਹੀਂ, ਮੈਂ ਮਿਲੂੰਗਾ। ਬਈ ਮੈਨੂੰ ਇੱਕ ਸਾਡਾ ਬਜ਼ੁਰਗ ਕਹਿੰਦਾ ਨਾ, ਮੈਂ ਇੱਕ ਬਜ਼ੁਰਗ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਜੇ ਕੈਪਟਨ ਨਾ ਵੀ ਮਿਲੂਗਾ ਤਾਂ ਕਿਹੜਾ ਟਰੂਡੋ ਦੀਆਂ ਬਾਹਾਂ ਆਕੜੀਆਂ, ਤਾਂ ਕਿਹੜਾ ਟਰੂਡੋ ਦਾ ਜਿਹੜਾ ਦੌਰਾ ਸਫਲ ਰਹਿ ਜੂਗਾ। ਹੁਣ 20 ਮਿੰਟ ਮਿਲੇ ਨੇ, 20 ਤੋਂ 25 ਮਿੰਟ, ਨਾ ਤਾਂ ਪਤਾ ਲੱਗਾ ਵੀ ਭਾਈ ਸਵਾਗਤ ਇਹਨਾਂ ਨੇ ਕਰਨਾ 에ਅਰਪੋਰਟ ਤੇ ਕੈਪਟਨ ਹੋਰਾਂ ਨੇ, ਨਾ ਦਰਬਾਰ ਸਾਹਿਬ। 20-25 ਮਿੰਟ ਆ ਜਿਹੜੇ ਉਹ ਲੰਚ ਦੇ ਉੱਤੇ, ਦੁਪਹਿਰ ਦੇ ਭੋਜਨ ਦੇ ਉੱਤੇ ਆ। ਕੈਪਟਨ ਸਾਹਿਬ ਹੁਣ ਇਹਨੇ 'ਚ ਹੀ ਲਿਖੀ ਜਾਂਦੇ ਆ ਟਵੀਟ ਕਰਕੇ। ਦੇਖੋ ਜੀ, ਇਹ ਦੋਹਾਂ ਦੇਸ਼ਾਂ ਦੇ ਆਰਥਿਕ ਸੰਬੰਧਾਂ ਦੀ ਗੱਲ ਕਰਾਂਗੇ, ਸੰਬੰਧਾਂ ਦੀ ਗੱਲ ਕਰਾਂਗੇ, ਅਸੀਂ ਪੰਜਾਬੀਆਂ ਦੇ ਮਸਲੇ ਚੱਕ ਲੈਣੇ ਆ ਵੀ ਤੁਸੀਂ ਰੋਟੀ ਖਾਓਗੇ ਕਿ 20 ਮਿੰਟ 'ਚ ਮਸਲੇ ਚੱਕੋਗੇ, ਉਦੋਂ ਤਾਂ ਫੁਲਕਾ ਨਹੀਂ ਚੱਕ ਹੋਣਾ ਵੀ ਆ। ਸਹੀ ਗੱਲ, ਇਸ ਕਰਕੇ ਨਾ ਇਹ ਇੱਕ ਬਹੁਤ ਬਿਹਤਰੀਨ ਮੌਕਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਅੰਦਰ ਆਪਣੀ ਸਵੱਲੜੀ ਸੋਚ ਦੇ ਨਾਲ, ਸੁਲੱਖਣੀ ਸੋਚ ਦੇ ਨਾਲ ਜਗ੍ਹਾ ਬਣਾ ਸਕਦੇ ਸੀ, ਪਰ ਅੜੀਆਂ ਕਰ ਕਰਕੇ ਐਵੇਂ ਬਸ ਪੈਰ ਤੇ ਅੰਗੀਠੀ ਬਾਲ ਲਈ। ਨਹੀਂ ਮਤਲਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਸੀਂ, ਚਲੋ ਜੇ ਅੜੀ ਕੀਤੀ ਹੈ ਤੁਸੀਂ ਇੱਕ ਸਟੈਂਡ ਤੇ, ਅੜੀ ਵੀ ਕੋਈ ਸਾਡੇ ਸੂਬੇ ਲਈ ਥੋੜੀ ਕੀਤੀ ਆ, ਅੜੀ ਆਪਣੇ ਨਿੱਜ ਲਈ ਕੀਤੀ ਆ। ਅਮਰੀਕਾ ਗਏ ਸੀ,
ਕੈਨੇਡਾ ਜਾਣ ਦਾ ਮੌਕਾ ਨਹੀਂ ਮਿਲਿਆ, ਕੁਝ ਕੁ ਜਥੇਬੰਦੀਆਂ ਨੇ ਰੌਲਾ ਪਾ ਲਿਆ, ਕੈਨੇਡੀਅਨ ਸਰਕਾਰ ਨੇ ਕਿਹਾ ਵੀ ਅਸੀਂ ਵੀ ਇੱਥੇ ਰਾਜਨੀਤਿਕ ਪ੍ਰਚਾਰ ਨਹੀਂ ਕਰਨ ਦੇਣਾ, ਉਹ ਆਪਣੀ ਗੱਲ ਤੇ ਸਹੀ ਆ। ਤੁਸੀਂ ਹਰਜੀਤ ਸਿੰਘ ਸੱਜਣ ਆਏ ਮਿਲੇ ਹੀ ਨਹੀਂ, ਤੁਹਾਨੂੰ ਕੋਈ ਪਾਕਿਸਤਾਨ ਦਾ ਮਿੱਤਰ ਮਿਲਣ ਆਉਂਦਾ ਤੁਸੀਂ ਆਪਦੇ ਘਰੇ ਰੱਖ ਲੈਨੇ ਹੋ, ਘਰੇ ਰੱਖ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ, ਖਾਤਰਦਾਰੀ ਕਰਦੇ ਹੋ, ਉਦੋਂ ਜਿਹੜੀ ਭਾਈਚਾਰਕ ਸਾਂਝ ਹੈ ਉਹ ਵਧਾਈ ਜਾਂਦੀ ਹੈ, ਤੇ ਹੁਣ ਵਧਾਉਂਦੇ ਹੁਣ ਕਿਉਂ ਨਹੀਂ ਵਧਾਈ ਗਈ? ਬਿਲਕੁਲ ਇਹ ਗੱਲ ਸੋਚਣ ਵਾਲੀ ਨਹੀਂ। ਦੇਖੋ ਮੈਂ ਤਾਂ ਇਹ ਕਹਿੰਦੀ ਹਾਂ ਜੇ ਅੜੀ ਕੀਤੀ ਤੁਸੀਂ ਆਪਣੇ ਸਟੈਂਡ ਤੇ ਤਾਂ ਰਹੋ, ਜੇ ਕਹਿਤਾ ਨਹੀਂ ਮਿਲਣਾ ਤਾਂ ਮਤਲਬ ਨਹੀਂ ਮਿਲਣਾ, ਇਹ ਕੀ ਤਰਲੇ ਮਿੰਤਾਂ ਜੀ, ਕਦੀ ਮਿਲਣਾ ਕਦੀ ਨਹੀਂ ਮਿਲਣਾ, ਮਿਲਣਾ ਨਹੀਂ ਮਿਲਣਾ। ਸ਼੍ਰੋਮਣੀ ਕਮੇਟੀ ਨੇ ਨਾ ਪ੍ਰਬੰਧ ਪੂਰੇ ਕਰ ਲਏ ਆ, ਉਹਨਾਂ ਨੇ ਇੱਕ ਤਜਰਬਾ ਕਰਕੇ ਅਭਿਆਸ ਕਰਕੇ ਵੀ ਦੇਖਿਆ, ਇੱਕ ਘੇਰਾ ਬਣਾ ਕੇ ਬਈ ਇਹ ਨਾ ਹੋਵੇ ਕੋਈ ਜਿੰਦਾਬਾਦ ਮੁਰਦਾਬਾਦ ਕਰਨ ਵਾਲਾ ਐਵੇਂ ਆ ਜੇ ਤੇ ਸਾਡੀ ਕਿਰਕਰੀ ਹੋਵੇ। 7000 ਦੇ ਕਰੀਬ ਆ ਜਿਹੜੇ ਮੁਲਾਜ਼ਮ ਉਹ ਲਾਏ ਜਾਣਗੇ ਸੁਰੱਖਿਆ ਦੇ ਲਈ ਸ਼ਹਿਰ ਦੇ ਵਿੱਚ, ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦਾ ਇੱਕ ਵੱਖਰਾ ਸੁਰੱਖਿਆ ਘੇਰਾ ਹੋਊਗਾ। ਤੇ ਇੱਕ ਹੋਰ ਗੱਲ ਆ ਕਿ ਇਹਨਾਂ ਨੇ ਨਾ ਇੱਕ ਡਰੈਸ ਦਾ ਵਰਦੀ ਦਾ ਪ੍ਰਬੰਧ ਵੀ ਕੀਤਾ, ਜਿਹੜੇ ਤਾਂ ਕਰਨਗੇ ਸਵਾਗਤ ਟੂਡੋ ਦਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਾਂ ਅਧਿਕਾਰੀ, ਉਹਨਾਂ ਨੇ ਨੀਲੀਆਂ ਪੱਗਾਂ ਬੰਨੀਆਂ ਹੋਣਗੀਆਂ, ਤੇ ਜਿਹੜੇ ਹੋਣਗੇ ਸੁਰੱਖਿਆ ਘੇਰੇ ਦੇ ਵਿੱਚ ਉਹਨਾਂ ਨੇ ਕੇਸਰੀ ਬੰਨੀਆਂ ਹੋਣਗੀਆਂ। ਇਸ ਕਰਕੇ ਦੇਖੋ ਸੁਰੱਖਿਆ ਦੇ ਪ੍ਰਬੰਧ ਵਧੀਆ ਗੱਲ ਵੀ ਆ, ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਟਰੂਡੋ ਸਾਹਿਬ ਆ ਰਹੇ ਆ, ਬਹੁਤ ਚੰਗੀ ਗੱਲ ਆ, ਮੱਥਾ ਟੇਕ ਰਹੇ ਆ, ਬੜੀ ਚੰਗੀ ਗੱਲ ਆ। ਮੈਂ ਕਿਤੇ ਇਹ ਵੀ ਪੜਿਆ ਕਿ ਟਰੂਡੋ ਸਾਹਿਬ ਨੇ ਵੀ ਬਿਆਨ ਦਿੱਤਾ ਹੈ ਕਿ ਮੈਂ ਇੱਕ ਆਮ ਸੰਗਤ ਦੀ ਤਰ੍ਹਾਂ ਆਮ ਬੰਦੇ ਦੀ ਤਰ੍ਹਾਂ ਮੈਂ ਇਸੇ ਗੱਲ ਤੇ ਆਉਣਾ ਚਾਹੁੰਦਾ ਸੀਗਾ, ਉਹਨਾਂ ਦੀ ਫਿਰਾਖ ਦਲੀ ਆ ਇਹ, ਉਹ ਇੱਕ ਸਿਆਣੀ ਇਨਸਾਨ ਆ, ਪਰ ਫਿਰ ਵੀ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਜਿਹੜੀ ਸੰਗਤ ਜਾਂਦੀ ਆ ਦੁਨੀਆ ਭਰ ਦੇ ਵਿੱਚੋਂ ਲੱਖਾਂ ਦੀ ਗਿਣਤੀ 'ਚ ਲੋਕ ਉੱਥੇ ਆਉਂਦੇ ਆ, ਤੁਸੀਂ ਸੁਰੱਖਿਆ ਦੇ ਚੱਕਰ ਦੇ ਵਿੱਚ ਹੀ ਕਿਤੇ ਆਮ ਲੋਕਾਂ ਨੂੰ ਆਮ ਸੰਗਤ ਨੂੰ ਖੱਜਲ ਖੁਆਰ ਨਾ ਕਰਿਓ, ਕਿਉਂਕਿ ਗੁਰੂ ਦੇ ਦਰ ਦੇ ਉੱਪਰ ਕੋਈ ਵੱਡਾ ਛੋਟਾ ਨਹੀਂ ਹੈਗਾ, ਸਾਰੇ ਉੱਥੇ ਆਮ ਨੇ, ਕੋਈ ਖਾਸ ਨਹੀਂ ਹੈ। ਸੋ ਠੀਕ ਹੈ, ਸੁਰੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਨੇ, ਧਿਆਨ ਰੱਖਿਆ ਜਾਣਾ ਚਾਹੀਦਾ, ਪਰ ਨਾਲ ਦੀ ਨਾਲ ਜਿਹੜੇ ਜਿਹੜੀ ਆਮ ਸੰਗਤ ਉੱਥੇ ਜਾਂਦੀ ਹੈ, ਜਿਹੜੇ ਹਰ ਰੋਜ਼ ਲੋਕ ਉੱਥੇ ਮੱਥਾ ਟੇਕਣ ਦੇ ਲਈ ਜਾਂਦੇ ਨੇ, ਉਹਨਾਂ ਦਾ ਵੀ ਖਾਸ ਖਿਆਲ ਰੱਖਣ ਦੀ ਲੋੜ ਹੈ ਕਿ ਉਹਨਾਂ ਨੂੰ ਕੋਈ ਤੰਗੀ ਕੋਈ ਪਰੇਸ਼ਾਨੀ ਨਾ ਹੋਵੇ। ਬਿਲਕੁਲ ਸਹੀ, ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਨਵਜੋਤ ਸਿੰਘ ਸਿੱਧੂ ਹੈ ਨਾ ਜਿਹੜੇ, ਉਹ ਬਹੁਤ ਕਾਲੇ ਚੱਲਦੇ ਆ, ਉਹ ਤਾਂ ਸਾਰਿਆਂ ਨੂੰ ਪਤਾ, ਬਿਆਨ ਦੇਣ ਦੇ ਵਿੱਚ, ਸ਼ਾਇਰੀ ਸੁਣਾਉਣ ਦੇ ਵਿੱਚ, ਹੱਸਣ ਦੇ ਵਿੱਚ, ਤਾੜੀਆਂ ਮਾਰਨ ਦੇ ਵਿੱਚ, ਫਿਰ ਕਿਸੇ ਦਾ ਧਵਾ ਲਾਉਣ ਦੇ ਵਿੱਚ, ਉਹ ਬਹੁਤ ਕਾਲੇ ਨੇ ਆਲਵੇਜ਼। ਬਿਲਕੁਲ, ਇੰਨੀ ਕਾਲੀ ਕਰ ਜਾਂਦੇ ਆ, ਕਈ ਵਾਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਕਿ ਇੱਕ ਪ੍ਰਕਿਰਿਆ ਦੇ ਤਹਿਤ ਕੋਈ ਕੰਮ ਹੁੰਦਾ। ਬਿਲਕੁਲ, ਤੁਸੀਂ ਜਦੋਂ ਐ ਹਮੇਸ਼ਾ ਜ਼ਿੰਦਗੀ ਦੇ ਵਿੱਚ ਚੌਕੇ ਛੱਕੇ ਨਹੀਂ ਲੱਗਦੇ, ਹਮੇਸ਼ਾ ਤੁਸੀਂ ਐ ਮੋਰੇ ਨਹੀਂ ਹੋ ਸਕਦੇ ਵੀ ਹਾਂ ਵੀ ਮੈਂ ਤਾਂ ਚੱਕਤਾ ਬਸ ਦੇਖੀ ਜਾਊਗੀ। ਬਿਲਕੁਲ, ਹੁਣ ਨਾ ਉਹਨਾਂ ਨੇ ਆਪਾਂ ਜਾਣਦੇ ਆ ਵੀ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਦੇ ਮਾਮਲੇ ਤੇ ਕਿਰਕਰੀ ਹੋਈ, ਵਾਕਈ ਹੋਈ, ਉਸ ਤੋਂ ਪਹਿਲਾਂ ਸੁਪਰਡੈਂਟਾਂ ਦੇ ਮਾਮਲੇ ਤੇ ਕਿਰਕਰੀ ਹੋਈ ਮੋਹਾਲੀ ਦੇ ਮੇਅਰ ਦਾ ਪਤਾ ਹੀ ਹੋਣਾ, ਕੁਲਵੰਤ ਸਿੰਘ ਦੇ ਬਾਰੇ ਇਹਨਾਂ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਵਾਇਆ ਸੀ, ਉਹਨੇ ਜਾ ਕੇ ਅਦਾਲਤ 'ਚ ਚੁਣੌਤੀ ਦਿੱਤੀ, ਉਹ ਅਦਾਲਤ ਨੇ ਰੱਦ ਕਰਤਾ, ਹੁਣ ਨਵਜੋਤ ਸਿੰਘ ਆ ਜਿਹੜੇ ਕਿਰਕਰੀ ਦੇ ਸ਼ਿਕਾਰ ਹੋ ਗਏ ਤੇ ਕੁਲਵੰਤ ਸਿੰਘ ਦੀ ਚੜ੍ਹ ਮੱਚ ਜਾਣੀ ਹੈ ਕੁਦਰਤੀ ਤੌਰ ਤੇ। ਪਰ ਨਾ ਹੁਣ ਇੱਕ ਜਿਹੜਾ OSD ਆ ਸਲਾਹਕਾਰ ਆ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਅਮਰ ਸਿੰਘ, ਉਹਦੀ ਛੁੱਟੀ ਕਰਤੀ, ਕਿਹੜੀ ਖੁਸ਼ੀ 'ਚ? ਖੁਸ਼ੀ ਤਾਂ ਪਤਾ ਨਹੀਂ, ਪਰ ਜਦੋਂ ਤੋਂ ਇਹ ਬਣੇ ਸੀਗੇ ਮੰਤਰੀ ਇਹਨਾਂ ਨੇ ਸਾਬਕਾ IAS ਅਧਿਕਾਰੀ ਅਮਰ ਸਿੰਘ ਨੂੰ ਆਪਣੇ ਨਾਲ ਰੱਖਿਆ ਸੀ। ਠੀਕ ਹੈ ਜੀ। ਅਮਰ ਸਿੰਘ ਨੂੰ ਪੁੱਛ ਕੇ ਗੱਲ ਕਰਦੇ ਸੀ, ਭਰੋਸਾ ਇੰਨਾ ਕਰਦੇ ਸੀਗੇ ਨਵਜੋਤ ਸਿੰਘ ਹੋਰੀ ਬਈ ਉਹਨਾਂ ਨੇ ਫਾਈਲ ਆ ਜਿਹੜੀ ਉਹ ਦਿੱਤੀ ਹੋਵੇ, ਜਿਹਨੂੰ ਤੁਸੀਂ ਕਹਿੰਦੇ ਹੁੰਦੇ ਰਿਕਮੈਂਡ ਕਰਤੀ, ਰਿਕਮੈਂਡ ਕੀਤੀ ਹੋਵੇ। ਹਾਂ, ਤੇ ਅੱਗੋਂ ਇਹ ਵੀ ਨਾ ਉੱਥੇ ਦਸਤਖਤ ਕਰਨ ਲੱਗੇ ਕਮੈਂਟ ਲਾਉਂਦੇ ਹੁੰਦੇ ਸੀ। ਅੱਛਾ, ਪਰ ਨਵਜੋਤ ਸਿੰਘ ਨੂੰ ਇਹ ਲੱਗਿਆ ਵੀ ਇਹ ਵਿੱਚ ਗੜਬੜੀਆਂ ਕਰਦੇ ਆ, ਕੋਈ ਗੋਲਮਾਲ ਹੈ ਤਬਾਦਲਿਆਂ ਦੇ ਮਾਮਲੇ ਦੇ ਵਿੱਚ, ਨਿਯੁਕਤੀਆਂ ਦੇ ਮਾਮਲੇ 'ਚ, ਕੋਈ ਪ੍ਰੋਜੈਕਟ ਦੇ ਮਾਮਲੇ ਦੇ ਵਿੱਚ, ਕੋਈ ਗੋਲਮਾਲ ਹੈ। ਅੱਛਾ, ਇਸ ਕਰਕੇ ਅਮਰ ਸਿੰਘ ਦੀ ਛੁੱਟੀ ਕਰ ਦਿੱਤੀ ਗਈ ਹੈ। ਗੋਲਮਾਲ ਹੈ ਭਈ, ਸਭ ਗੋਲਮਾਲ ਹੈ। ਹਾਂ, ਹੈ ਤਾਂ ਹੀ, ਤੇ ਇਹਨਾਂ ਦੀ ਛੁੱਟੀ ਕਰਤੀ ਆ, ਤੇ ਇਹ ਚਾਹੁੰਦੇ ਆ ਕਿ ਨਵਜੋਤ ਕੌਰ ਸਿੱਧੂ ਆਪਣੀ ਵਹੁਟੀ ਨੂੰ ਹੀ ਇਹ ਕੰਮ ਕਾਜ ਸੌਂਪ ਦਿੱਤਾ ਜਾਵੇ। ਵਾਹ, ਘਰ ਦੀ ਗੱਲ ਘਰੇ ਰਹਿ ਜੂ, ਹੋਰ ਕੀ, ਇਹਦੂ ਬਾਅਦ ਸਿਆਣਾ ਬੰਦਾ ਕੌਣ ਹੋ ਸਕਦਾ? ਬਸ ਬਿਲਕੁਲ, ਦੇਖੋ ਘਰ ਦੀ ਗੱਲ ਘਰ 'ਚ ਰਵੇ, ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਹੈਗੀ, ਐਵੇਂ ਲੋਕਾਂ ਦੇ ਵਿੱਚ ਮਖੌਲ। ਪਰ ਨਾ ਨਿਯਮਾਂ ਦੇ ਮੁਤਾਬਕ ਜਦੋਂ ਹਿੱਤਾਂ ਦੇ ਟਕਰਾਅ ਦੀ ਗੱਲ ਹੋਵੇ ਉਹਨੂੰ ਕਨਫਲਿਕਟ ਕਹਿੰਦੇ ਹੁੰਦੇ ਆ ਨਾ, ਕਨਫਲਿਕਟ। ਹਾਂ, ਉਸ ਮਾਮਲੇ ਦੇ ਬਾਬਤ ਨਿਯਮਾਂ ਦੇ ਮੁਤਾਬਕ ਇਹ ਆਪਣੀ ਵਹੁਟੀ ਨੂੰ ਨਿਯੁਕਤ ਨਹੀਂ ਕਰ ਸਕਦੇ। ਅੱਛਾ, ਬਾਕੀ ਮੇਰੇ ਭਾਰਤ ਦੇਸ਼ ਮਹਾਨ 'ਚ ਕੁਝ ਵੀ ਹੋ ਸਕਦਾ। ਉਹ ਦੇਖੋ, ਹਰੇਕ ਕਾਨੂੰਨ ਦਾ ਕੋਈ ਨਾ ਕੋਈ ਤੋੜ ਵੀ ਤਾਂ ਕਾਨੂੰਨ ਦੇ ਵਿੱਚ ਹੀ ਹੈ, ਜੇ ਨਹੀਂ ਕਰ ਸਕਦੇ ਘਰ ਵਾਲੀ ਨੂੰ ਤੇ ਹੋਰ ਕੋਈ ਤਰੀਕਾ ਹੋਊਗਾ ਜਿਹਦੇ ਤਹਿਤ ਕਰ ਸਕਦੇ ਹੋ। ਬਿਲਕੁਲ, ਹੈਨਾ। ਸੋ ਐਡੀ ਕੋਈ ਬਹੁਤੀ ਟੈਨਸ਼ਨ ਵਾਲੀ ਗੱਲ ਨਹੀਂ ਹੈ। ਸਿੱਧੂ ਸਾਹਿਬ ਵੀ ਘੱਟ ਬੋਲਣ ਵਾਲੇ ਹੈ ਨਹੀਂ ਤੇ ਬੀਬੀ ਜੀ ਵੀ ਘੱਟ ਬੋਲਣ ਵਾਲੇ ਨਾਲੇ, ਜਦੋਂ ਬੰਦੇ ਨੇ ਧਾਰ ਲਿਆ ਨਾ, ਮਤਲਬ ਕਿਸੇ ਲੀਡਰ ਨੇ, ਚਾਹੇ ਉਹ ਕੋਈ ਵੀ ਲੀਡਰ ਹੋਵੇ, ਜਦੋਂ ਉਹਨੇ ਧਾਰ ਲਿਆ ਵੀ ਮੈਂ ਕੰਮ ਕਰਨਾ ਤੇ ਫਿਰ ਉਹ ਹੋ ਜਾਂਦਾ ਹੁੰਦਾ। ਮੈਨੂੰ ਨਾ ਬੋਲਬਾਣੀ ਤੇ ਇੱਕ ਗੱਲ ਚੇਤੇ ਆ ਗਈ, ਕਈ ਲੋਕ ਬਹੁਤ ਬੋਲਦੇ ਹੁੰਦੇ ਆ, ਕਈ ਲੋਕ ਘੱਟ ਬੋਲਦੇ ਪਰ ਕੰਮ ਦਾ ਬੋਲਦੇ ਆ। ਇੱਕ ਬੰਦਾ ਦੂਜੇ ਬੰਦੇ ਨੂੰ ਕਹਿੰਦਾ, ਕਹਿੰਦਾ ਮੇਰੀ ਘਰ ਵਾਲੀ ਇੰਨੀ ਕੁ ਕਲਾਵਾਨ ਆ, ਇੰਨੀ ਕੁ ਕਮਾਲ ਦੀ ਬੁਲਾਰਨ ਆ ਵੀ
ਇਹ ਕਿਹੜੀ ਕਲਾ ਹੋਈ ਟੱਠੇ ਖੂਹ ਚ ਪਵੇ ਇਹੋ ਜਿਹੀ ਕਲਾ? ਮੇਰੀ ਘਰ ਵਾਲੀ ਬਿਨਾਂ ਕਿਸੇ ਵਿਸ਼ੇ ਤੋਂ ਵੀ 6 ਘੰਟੇ ਬੋਲ ਸਕਦੀ ਹੈ। ਜਨਰਲ ਡਾਇਰ ਦੇ ਬਾਰੇ ਤੁਸੀਂ ਜਾਣਦੇ ਹੋਵੋਗੇ, ਪੜ੍ਹਿਆ ਹੋਣਾ, ਸਾਰੇ ਜਾਣਦੇ ਨੇ। 1919 ਦੇ ਵਿੱਚ 13 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਜੋ ਕੁਝ ਹੋਇਆ ਤੇ ਆਪਾਂ ਕਦੇ ਭੁੱਲ ਨਹੀਂ ਸਕਦੇ। 100ਵਾਂ ਵਾਰਾ ਹੋਣ ਵਾਲਾ ਉਸ ਘਟਨਾਕ੍ਰਮ ਨੂੰ, ਉਸ ਸਾਕੇ ਨੂੰ, ਕਿਉਂਕਿ 1919 ਦੇ ਵਿੱਚ ਵਾਪਰਿਆ ਸੀ, ਅਗਲੇ ਵਾਰੇ 2019 ਆ ਜਾਣਾ। ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ 100 ਕਰੋੜ ਰੁਪਏ ਦੀ ਕੇਂਦਰ ਤੋਂ ਮੰਗ ਵੀ ਕੀਤੀ ਸੀ ਵੀ ਅਸੀਂ ਇੱਥੇ ਬਹੁਤ ਵੱਡੀ ਯਾਦਗਾਰ ਬਣਾਉਣੀ ਚਾਹੁੰਦੇ ਹਾਂ ਤੇ ਅਸੀਂ ਇੱਕ ਵੱਖਰੇ ਤਰੀਕੇ ਦੀ ਦਿੱਖ ਦੇਣੀ ਚਾਹੁੰਦੇ ਹਾਂ। ਦੇਖੋ, ਮੈਂ ਇਸ ਗੱਲ ਨਾਲ ਨਾ ਸਹਿਮਤ ਨਹੀਂ ਹੈਗੀ, ਕਿਉਂਕਿ ਮੈਨੂੰ ਇਹ ਲੱਗਦਾ ਵੀ ਇੱਕ ਤਾਂ ਯਾਦਗਾਰਾਂ ਬਣਾਉਣ ਦੇ ਨਾਲ ਪੰਜਾਬ ਦੇ ਵਿੱਚ ਕਦੇ ਕੋਈ ਫਾਇਦਾ ਨਹੀਂ ਹੋਇਆ ਹੈਗਾ। ਉਹ ਯਾਦਗਾਰਾਂ ਕਦੋਂ ਸਿਰਫ ਸ਼ੋ ਪੀਸ ਬਣ ਕੇ ਰਹਿ ਜਾਂਦੀਆਂ ਨੇ, ਖੰਡਰ ਬਣ ਜਾਂਦੀਆਂ ਨੇ, ਇਹ ਪਤਾ ਵੀ ਨਹੀਂ ਲੱਗਦਾ, ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਚਾਅ ਹੁੰਦਾ ਯਾਦਗਾਰਾਂ ਵੇਖਣ ਦਾ, ਮੁੜ ਕੇ ਕੋਈ ਨਹੀਂ ਉੱਥੇ ਜਾਂਦਾ ਹੈਗਾ। ਉਸ ਤੋਂ ਇਲਾਵਾ ਜਿਹੜੀ ਦਿੱਖ ਬਦਲਣ ਦੀ ਗੱਲ ਹੈ, ਮੈਨੂੰ ਲੱਗਦਾ ਵੀ ਉਹਦੇ ਨਾਲ ਨਾ ਕਿਤੇ ਨਾ ਕਿਤੇ ਜਿਹਨੂੰ ਆਪਾਂ ਮਟੀਰੀਅਲਿਸਟਿਕ ਸੋਚ ਕਹਿ ਦਿੰਦੇ ਹਾਂ ਜਾਂ ਕਹਿ ਲਓ ਵੀ ਉਹ ਜਿੱਦਾਂ ਹੁਣ ਜੇ ਤੁਸੀਂ ਉੱਥੇ ਜਾ ਕੇ ਵੇਖੋ ਤਾਂ ਤੁਹਾਨੂੰ ਉਹ ਤਕਲੀਫ ਜਿਹੜੀ ਆ ਉਹ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਤੁਸੀਂ ਉਹਨੂੰ ਮਹਿਸੂਸ ਕਰ ਸਕਦੇ ਹੋ। ਉੱਥੋਂ ਦੀ ਹਵਾ, ਉੱਥੋਂ ਦੀ ਫਿਜ਼ਾ ਵੱਖਰੀ ਹੈ, ਤੁਸੀਂ ਉੱਥੇ ਜਾ ਕੇ ਦੇਖੋ। ਗੱਲ ਇੱਕ ਹੋਰ ਵੀ ਹਰਮਨ ਜੀ ਕਿ ਦੇਖੋ, ਅਸੀਂ ਤਕਲੀਫ ਨੂੰ, ਅਸੀਂ ਉਸ ਦਰਦ ਨੂੰ, ਅਸੀਂ ਉਸ ਪੀੜ ਨੂੰ ਆਪਣੇ ਤਨ ਮਨ ਦੇ ਉੱਤੇ ਮਹਿਸੂਸ ਕਰ ਸਕਦੇ ਹਾਂ, ਪਰ ਬਹੁ ਗਿਣਤੀ ਲੋਕ ਜਿਹੜੇ ਉੱਥੇ ਜਾਂਦੇ ਆ ਨਾ, ਉਹ ਸੈਰ ਸਪਾਟੇ ਦੇ ਤੌਰ ਤੇ ਜਾਂਦੇ ਆ। ਮੈਂ ਅੰਦਰ ਜਾ ਕੇ ਦੇਖਿਆ, ਲੋਕ ਸੈਲਫੀਆਂ ਲੈ ਰਹੇ ਆ, ਤਾਸ਼ ਖੇਡ ਰਹੇ ਆ, ਬੰਕੇ ਦਿਹਾੜੇ ਬੁੱਲੇ ਲੁੱਟ ਰਹੇ ਆ। ਥੋੜਾ ਜਿਹਾ ਸੰਜੀਦਾ ਹੋਣ ਦੀ ਲੋੜ ਆ। ਅਸੀਂ ਜਿਹੜੀ ਥਾਂ ਤੇ ਜਾਗੇ ਨਾ, ਆਪਣੀ ਸੋਚ ਨੂੰ, ਆਪਣੀ ਧਾਰਨਾ ਨੂੰ ਉਹਦੇ ਮੁਤਾਬਕ ਆ ਜਿਹੜਾ ਦਿਮਾਗ ਹੈ ਸਿਖਾ ਨੀ ਸਕਦੇ ਤੁਹਾਡੇ। ਤੁਸੀਂ ਉੱਥੇ ਜਾਂਦੇ ਹੋ ਕਿਉਂਕਿ ਮੈਂ ਜੋ ਮਹਿਸੂਸ ਕੀਤਾ ਹੈ ਉੱਥੇ ਜਾ ਕੇ, ਤੁਹਾਨੂੰ ਉੱਥੋਂ ਦੀ ਹਵਾ, ਉੱਥੋਂ ਦੀ ਫਿਜ਼ਾ ਵੱਖਰੀ ਲੱਗਦੀ ਹੈ। ਤੁਸੀਂ ਬਹੁਤ ਕੁਛ ਸੋਚਣ ਲਈ ਮਜਬੂਰ ਹੋ ਜਾਂਦੇ ਹੋ, ਤੁਹਾਨੂੰ ਉਹ ਦਰਦ ਮਹਿਸੂਸ ਹੁੰਦਾ ਹੈ, ਤੇ ਜੇ ਉੱਥੋਂ ਦੀ ਦਿੱਖ ਬਦਲ ਦਿੱਤੀ ਜਾਊਗੀ, ਮੈਨੂੰ ਲੱਗਦਾ ਹੈ ਕਿ ਉਹ ਕਿਤੇ ਨਾ ਕਿਤੇ ਤੁਹਾਡੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਹੋ। ਮੈਂ ਨਾ ਇਹ ਗੱਲ ਤਾਂ ਸ਼ੁਰੂ ਕੀਤੀ ਸੀ ਵੀ ਸੁਖਬੀਰ ਸਿੰਘ ਬਾਦਲ ਵੀ ਜਨਰਲ ਡਾਇਰ ਆ। ਹੈ? ਹਾਂਜੀ, ਇਹ ਮੈਂ ਨਹੀਂ ਕਹਿੰਦਾ, ਇਹ ਕਾਂਗਰਸ ਦੇ ਇੱਕ ਵਿਧਾਇਕ ਨੇ ਕਿਹਾ। ਬਾਗਾ ਪ੍ਰਾਣਾ ਤੋਂ ਦਰਸ਼ਨ ਸਿੰਘ ਬਰਾੜ ਹੈਗੇ ਕਾਂਗਰਸ ਦੇ ਵਿਧਾਇਕ। ਅਸਲ ਦੇ ਵਿੱਚ ਪਿਛਲੇ ਦਿਨੀ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਵੀ ਦਰਸ਼ਨ ਬਰਾੜ ਤਾਂ ਗੈਂਗਸਟਰ ਆ। ਦਰਸ਼ਨ ਬਰਾੜ ਦੇ ਗੈਂਗਵਾਰ ਬਾਰੇ, ਗੈਂਗਸਟਰ ਹੋਣ ਬਾਰੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਤੇ ਕਾਂਗਰਸ ਨੇ ਅੱਤਵਾਦ ਤੇ ਕਾਂਗਰਸ ਨੇ ਗੈਂਗਸਟਰ ਪੈਦਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਛੱਡੀ। ਹੁਣ ਸੁਨੀਲ ਜਾਖੜ ਆ ਗਏ ਦਰਸ਼ਨ ਬਰਾੜ ਦੇ ਹੱਕ 'ਚ, ਆਪਣੀ ਪਾਰਟੀ ਦੇ ਹੱਕ 'ਚ ਆਉਣਾ ਹੀ ਸੀ। ਉਹ ਕਹਿੰਦੇ ਬਈ ਜਿੰਨੇ ਵੀ ਕੁਕਰਮ ਹੋਏ ਆ ਉਹ ਲੰਘੇ 10 ਵਰਿਆਂ ਦੇ ਵਿੱਚ ਹੋਏ ਆ। ਹੁਣ ਸਾਨੂੰ ਕਹਿੰਦੇ ਆ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਉਹ ਪੱਥਰ ਨਹੀਂ ਮਾਰਦੇ ਦੂਜੇ ਦੇ ਘਰਾਂ ਦੇ ਵੱਲ। ਤੇ ਦਰਸ਼ਨ ਬਰਾੜ ਨੇ ਇਹ ਗੱਲ ਕਹੀ ਆ ਕਿ ਮੈਂ ਫੌਜਦਾਰੀ ਤੇ ਮਾਣ ਹਾਨੀ ਦਾ ਕੇਸ ਆ ਜਿਹੜਾ ਉਹ ਸੁਖਬੀਰ ਬਾਦਲ ਦੇ ਖਿਲਾਫ਼ ਦਰਜ ਕਰਵਾਊਂਗਾ, ਕਿਉਂਕਿ ਮੈਂ ਜਿੱਤਿਆ ਤੇ ਇਹਨਾਂ ਨੂੰ ਹਰਾਇਆ, ਇਸ ਕਰਕੇ ਮੇਰੇ ਤੇ ਤੋਹਮਤਾਂ ਲਾਉਂਦੇ ਆ। ਇਹ ਆਪ ਜਨਰਲ ਡਾਇਰ ਵਰਗਾ ਬੰਦਾ ਹੈਗਾ। ਇਸ ਬੰਦੇ ਨੇ ਕਿੰਨਾ ਅਤਿਆਚਾਰ ਕੀਤਾ ਪੰਜਾਬ ਦੇ ਉੱਤੇ। ਤੇ ਦਰਸ਼ਨ ਬਰਾੜ ਦੇ ਮੁੰਡੇ ਨੇ ਇਸ ਤੋਂ ਵੀ ਅਗਲੀ ਗੱਲ ਕਹਿਤੀ, ਕਹਿੰਦਾ ਮਜੀਠੀਆ ਵਾਰ ਵਾਰ ਕਦੇ ਕੁਝ ਕਹਿੰਦਾ, ਸਾਡੇ ਟੱਬਰ ਬਾਰੇ ਕਦੇ ਕੁਝ ਕਹਿੰਦਾ, ਜੇਕਰ ਉਹਦੇ ਵਿੱਚ ਦਮ ਹੈਗਾ ਉਹ ਬਹੁਤ ਵੱਡਾ ਸੂਰਮਾ ਹੈਗਾ, ਜਿੱਥੇ ਮਰਜ਼ੀ ਦੋ ਦੋ ਹੱਥ ਕਰ ਲਵੇ, ਚਲੋ ਜਿੱਥੇ ਮਰਜ਼ੀ ਟੋਚਣ ਪਾ ਲਵੇ। ਅੱਛਾ, ਹਾਂਜੀ, ਇਹੀ ਕਸਰਾਂ ਰਹਿ ਗਈਆਂ ਨੇ, ਕਿਉਂਕਿ ਪੰਜਾਬ ਦਾ ਭਲਾ ਤਾਂ ਟੋਚਨ ਪਾ ਪਾ ਕੇ ਹੀ ਹੋਣਾ ਹਨਾ, ਜਿੱਥੇ ਮਰਜ਼ੀ, ਮਤਲਬ ਇਹ ਵੈਸੇ ਸਾਰੇ ਲੀਡਰਾਂ ਨੂੰ ਚਾਹੀਦਾ ਟੋਚਨ ਪਾ ਪਾ ਕੇ ਤਾਂ ਅਸੀਂ ਬਹੁਤ ਭਲਾ ਕਰ ਲਿਆ, ਟੋਚਨ ਮੁਕਾਬਲੇ ਕਰਵਾ ਲਏ, ਫਲਾਣੇ ਕਰਵਾ ਲਏ, ਆ ਬੰਦਿਆਂ ਦੇ ਟੋਚਨ ਪੈਣ ਵਾਲੀ ਗੱਲ ਰਹਿ ਗਈ ਸੀ, ਪਾਉਣੀ ਚਾਹੀਦੀ ਹੈ। ਦੇਖੋ, ਇਹ ਸਾਰੇ ਲੀਡਰਾਂ ਨੂੰ ਕਰ ਲੈਣਾ ਚਾਹੀਦਾ, ਇਹ ਜਿਹੜਾ ਦਰਾਣੀ ਜਠਾਣੀ ਵਾਲਾ ਲੜਾਈ ਵਾਲਾ ਕੰਮ ਸ਼ੁਰੂ ਕੀਤਾ ਹੋਇਆ ਨਾ, ਇਹਨਾਂ ਨੇ ਵੀ ਮੈਂ ਤੈਨੂੰ 4 ਸੁਣਾਵਾਂ ਤੂੰ ਅੱਗੇ 6 ਮੈਨੂੰ ਸੁਣਾਵੇਂ, ਜਾਂ ਇੱਕ ਦੂਜੇ ਨੂੰ ਮਿਹਣੇ ਮਿਹਣੀ ਹੋਣ ਵਾਲਾ ਕੰਮ ਜਿਹੜਾ ਲੀਡਰਾਂ ਨੇ ਸ਼ੁਰੂ ਕਰ ਲਿਆ, ਇਹਨਾਂ ਨੂੰ ਚਾਹੀਦਾ ਵੀ ਟੋਚਨ ਮੁਕਾਬਲੇ ਕਰ ਹੀ ਲੈਣ, ਜਿਹੜੇ ਜਿੱਤ ਗਏ ਇੱਕ ਬੰਨੇ, ਜਿਹੜੇ ਹਾਰ ਗਏ ਇੱਕ ਬੰਨੇ, ਘੱਟੋ ਘੱਟ ਮੁੜ ਕੇ ਤਾਂ ਨਾ ਇੱਕ ਦੂਜੇ ਨੂੰ ਮਿਹਣੇ ਦੇਣਗੇ, ਸ਼ਾਇਦ ਫਿਰ ਪੰਜਾਬ ਦਾ ਕਿਤੇ ਭਲਾ ਕਰ ਸਹੀ ਹੈ ਸਹੀ ਸ਼ਾਇਦ ਕਿਤੇ ਪੰਜਾਬ ਵੱਲ ਸੋਚ ਚੱਲ ਜਾਵੇ, ਕਿਉਂਕਿ ਪੰਜਾਬ ਤਾਂ ਇਸੇ ਗੱਲ ਤੇ ਟਿਕਿਆ ਹੋਇਆ ਵੀ ਕੌਣ ਕੀ ਹੈ ਤੇ ਕੌਣ ਕੀ ਨਹੀਂ। ਇਸ ਤੋਂ ਇਲਾਵਾ ਤਾਂ ਪੰਜਾਬ 'ਚ ਕੋਈ ਮੁੱਦਾ ਰਹਿ ਹੀ ਨਹੀਂ ਗਿਆ, ਨਾ ਹੀ ਕੋਈ ਹੋਰ ਕੰਮ ਕਰਨ ਵਾਲਾ ਰਹਿ ਗਿਆ। ਲੋਕ ਇੰਨੇ ਖੁਸ਼ਹਾਲ ਨੇ, ਪੈਸਾ ਇੱਧਰੋਂ ਆਉਂਦਾ ਉੱਧਰ ਨੂੰ ਜਾਂਦਾ, ਪਤਾ ਹੀ ਨਹੀਂ ਲੱਗਦਾ। ਨੋਟ ਜਿਹੜੇ ਨੇ ਉਹ ਪੇੜਾਂ ਨੂੰ ਲੱਗਣ ਲੱਗ ਗਏ ਨੇ, ਲੋਕਾਂ ਨੂੰ ਕੋਈ ਸੌਰੀ ਦਰਖਤਾਂ ਨੂੰ ਲੱਗਣ ਲੱਗ ਗਏ ਨੇ, ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ, ਇੰਨਾ ਖੁਸ਼ਹਾਲ ਹੈ। ਤਾਂ ਹੀ ਤਾਂ ਟਰੂਡੋ ਸਾਹਿਬ ਆਏ ਨੇ, ਤੁਹਾਨੂੰ ਨਹੀਂ ਪਤਾ ਵਿਚਲੀ ਗੱਲ। ਸੋ ਪੰਜਾਬ 'ਚ ਹੁਣ ਇਹ ਟੋਚਨ ਮੁਕਾਬਲੇ ਰਹਿ ਗਏ ਨੇ ਲੀਡਰਾਂ ਦੇ, ਇਹ ਜ਼ਰੂਰ ਕਰਵਾਓ ਤਾਂ ਜੋ ਜਿਹੜਾ ਇੱਕੋ ਹੀ ਮਸਲਾ ਪੰਜਾਬ 'ਚ ਰਹਿ ਗਿਆ ਉਹ ਵੀ ਹੱਲ ਹੋ ਸਕੇ। ਬਿਲਕੁਲ ਸਹੀ, ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਮੈਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਮੈਡਮ ਹਰਮਨ ਥਿੰਦ ਹੋਰੀ।
ਅੱਜ ਅਸਲ ਦੇ ਵਿੱਚ ਹਰਮਨ ਜੀ ਕਹਿੰਦੇ ਵੀ ਬ੍ਰੇਕ ਤੋਂ ਬਾਅਦ ਵਕਫੇ ਤੋਂ ਬਾਅਦ ਸ਼ੁਰੂਆਤ ਤੁਸੀਂ ਕਰੋ। ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਆਪ ਹੀ ਪੰਜਾਬੀ ਕਰਤੀ, ਪਰ ਬਹੁਤ ਅੱਛਾ ਲੱਗ ਰਿਹਾ ਅੱਜ। ਹੁਣ ਅਗਲੀ ਗੱਲ ਆਪਾਂ ਕਰੀਏ, ਕਿਹੜੀ ਕਰਨੀ ਹੈ ਦੱਸੋ, ਕਿੰਨੀਆਂ ਸਾਰੀਆਂ ਨੇ ਤੁਸੀਂ ਦੱਸੋ, ਲਿਖਿਆ ਤਾਂ ਤੁਸੀਂ ਹੈ। ਆਪਾਂ ਮੰਤਰੀ ਮੰਡਲ ਦੇ ਵਿਸਥਾਰ ਦੀ ਗੱਲ ਕਰਦੇ ਹਾਂ। ਬਿਲਕੁਲ, ਮੰਤਰੀ ਮੰਡਲ ਦਾ ਭਾਈ ਵਿਸਥਾਰ ਹੋਣਾ ਹੈਗਾ ਨਗਰ ਨਿਗਮ ਦੀ ਚੋਣ ਤੋਂ ਬਾਅਦ ਲੁਧਿਆਣੇ ਵਾਲੀ। ਹਾਂਜੀ, 24 ਤਰੀਕ ਨੂੰ ਨਗਰ ਨਿਗਮ ਦੀ ਚੋਣ ਆ ਜਿਹੜੀ, ਉਹਦੀ ਵੋਟਾਂ ਪੈਣੀਆਂ ਤੇ ਉਸ ਤੋਂ ਬਾਅਦ 27 ਤਰੀਕ ਨੂੰ ਨਤੀਜੇ ਆਉਣੇ। ਬਿਲਕੁਲ ਠੀਕ। ਆਮ ਆਦਮੀ ਪਾਰਟੀ ਦਾ ਤੇ ਲੋਕ ਇਨਸਾਫ਼ ਪਾਰਟੀ ਦਾ ਗਠਜੋੜ ਹੈਗਾ, ਉਹਨਾਂ ਦੀ ਇੱਛਾ ਇਹ ਹੈਗੀ ਆ ਵੀ ਮਾਣ ਸਨਮਾਨ ਬਚਿਆ ਰਹੇ, ਬੈਂਸ ਭਰਾਵਾਂ ਦਾ ਗੜ ਹੈ ਉਹ ਬਰਕਰਾਰ ਰਹੇ, ਬੈਂਸ ਭਰਾ ਵੀ ਇਹ ਚਾਹੁੰਦੇ ਆ। ਕਾਂਗਰਸ ਪਾਰਟੀ ਇਹ ਚਾਹੁੰਦੀ ਆ ਵੀ ਜਿਵੇਂ ਅਸੀਂ ਜਲੰਧਰ, ਅੰਮ੍ਰਿਤਸਰ ਤੇ ਪਟਿਆਲੇ ਦੇ ਵਿੱਚ ਨਿਗਮ ਚੋਣਾਂ ਜਿੱਤ ਲਈਆਂ, ਅਸੀਂ ਚੌਥੀ ਥਾਂ ਤੇ ਵੀ ਬੁੱਲਾ ਲੁੱਟ ਲਈਏ। ਬਿਲਕੁਲ ਠੀਕ। ਤੇ ਬਾਕੀ ਪਾਰਟੀਆਂ ਹੋਈਆਂ ਨਾ ਹੋਈਆਂ ਇੱਕ ਬਰਾਬਰ, ਅਕਾਲੀ ਦਲ ਆ ਜਿਹੜਾ ਉਹਦੀ ਕੋਸ਼ਿਸ਼ ਹੈਗੀ ਆ ਵੀ ਅਸੀਂ ਵੀ ਕੁਝ ਕਰ ਲਈਏ। ਮੌਕਾ ਹੀ ਹੈ, ਮੌਕਾ ਹੀ ਹੈ, ਜੋਰਦਾਰ ਗੋਟਾ ਹੀ ਸਹੀ ਸਰ, ਲੰਗੋਟੀ ਹੁੰਦੀ ਹੈ ਤੁਸੀਂ ਬਦਲਤਾ। ਜਦੋਂ ਨਾਲੇ ਗੱਲ ਇਹ ਹੈ ਵੀ 10 ਸਾਲਾਂ 'ਚ ਬਹੁਤ ਕੁਛ ਕਰ ਲਿਆ, ਹੁਣ ਤਾਂ ਜੋ ਰਹਿੰਦ ਖੂੰਦ ਬਚੀ ਹੈ ਉਹ ਵੀ ਕਰ ਹੀ ਲਈਏ। ਹਾਂ, ਮੈਂ ਨਾ ਤੁਸੀਂ ਲੰਗੋਟੀ ਲੰਗੋਟਾ ਕਹਿ ਕੇ ਨਾ ਇੱਕ ਮੈਨੂੰ ਗੱਲ ਚੇਤੇ ਕਰਾ ਤੀ, ਕਹਿੰਦਾ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਬੁਨੈਣ। ਅੱਛਾ, ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਬੁਨੈਣ, ਹੇਠਾਂ ਪੈਂਟ ਉੱਤੇ ਨੀਕਰ, ਮੈਂ ਹਾਂ ਸੁਪਰਮੈਨ। ਬੋਲੀ ਮਸ਼ਹੂਰ ਹੋ ਜਾਣੀ, ਮੈਂ ਤੁਹਾਨੂੰ ਦੱਸਾਂ ਕਿੱਦਾਂ ਚੋਣ ਪਿਆ ਕਰੂਗੀ। ਜਿਵੇਂ ਮੈਂ ਗੱਲ ਕਰਦਾ ਸੀਗਾ ਵੀ ਮੰਤਰੀ ਮੰਡਲ ਦਾ ਵਿਸਥਾਰ ਤਾਂ ਹੋਣਾ ਹੀ ਆ, ਜਦੋਂ ਵੀ ਇਹ ਹੋਣ ਲੱਗਦਾ ਕੋਈ ਨਾ ਕੋਈ ਭਸੂੜੀ ਪੈ ਜਾਂਦੀ ਆ। ਇੱਧਰ ਮੰਤਰੀ ਮੰਡਲ ਦੇ ਵਿਸਥਾਰ ਦੇ ਲਈ ਕੈਪਟਨ ਹੋਰੀ ਰਾਹੁਲ ਨਾਲ ਮਿਲਦੇ ਆ, ਉਧਰੋਂ ਰਾਣਾ ਗੁਰਜੀਤ ਸਿੰਘ ਦੇ ਚੱਦ ਚੜ ਜਾਂਦਾ, ਉਹਦੇ ਮਗਰ ਤਾਂ ਹੋਰ ਹੋਣ ਲੱਗਦਾ ਤਾਂ ਕੋਈ ਜ਼ਿਮਨੀ ਚੋਣ ਆ ਜਾਂਦੀ ਹੈ, ਕੁਛ ਹੋਰ ਹੋਣ ਲੱਗਦਾ ਭਸੂੜਾ ਕੋਈ ਨਵਾਂ ਆ ਜਾਂਦਾ, ਭਸੂੜੀ ਤੋਂ ਅਗਲੀ ਗੱਲ ਇਹ। ਤੇ ਮੈਂ ਵੀ ਕਿਹਾ ਕਦੀ ਲੰਗੋਟਾ ਕਦੀ ਭਸੂੜਾ, ਇਹ ਚੱਲ ਕੀ ਰਿਹਾ ਅੱਜ? ਅਸਲ 'ਚ ਮੈਂ ਭਸੂੜੇ ਤੇ ਵੀ ਗੱਲ ਸੁਣਾ ਰਿਹਾ, ਗੱਲਾਂ ਕਰਨ ਲੱਗ ਗਏ। ਨਹੀਂ ਨਹੀਂ, ਮੈਂ ਤਾਂ ਭਾਈ ਮੈਂ ਛੋਟਾ, ਠੀਕ ਹੈ। ਹਾਂ, ਮੈਂ ਭਸੂੜੇ ਦੀ ਵੀ ਗੱਲ ਸੁਣਾ ਰਹੀ ਸੀ, ਉਹ ਫਿਰ ਵੱਡੀ ਹੋ ਜਾਣੀ ਹੈ। ਖੈਰ, ਤੇ ਉਹ ਨਾ ਅਸਲ ਦੇ ਵਿੱਚ ਹੁਣ ਪਤਾ ਲੱਗਾ ਵੀ ਜਿਹੜੇ ਜਿਹੜੇ ਵਿਧਾਇਕ ਕਾਂਗਰਸ ਦੇ ਇਹ ਚਾਹੁੰਦੇ ਆ ਵੀ ਅਸੀਂ ਮੰਤਰੀ ਬਣ ਜਾਈਏ, ਕਿਉਂਕਿ ਕਈਆਂ ਦੀ ਤਾਂ ਛੁੱਟੀ ਹੋਣੀ ਹੈ। ਜਿਵੇਂ ਕਿ ਰਾਣਾ ਗੁਰਜੀਤ ਸਿੰਘ ਆ ਜਿਹੜੇ, ਉਹ ਤਾਂ ਘਰੇ ਬਹਿ ਗਏ ਆ, ਵਿਧਾਇਕ ਆ ਉਹ, ਉਹਨਾਂ ਨੂੰ ਐਤਕੀ ਮੰਤਰੀ ਮੰਡਲ ਦੇ ਵਿੱਚ ਲਿਆ ਵੀ ਨਹੀਂ ਜਾਣਾ ਜਿਹੜਾ ਵਿਸਥਾਰ ਹੋਣਾ। ਪਰ ਇਸ ਮੰਤਰੀ ਮੰਡਲ ਦੇ ਵਿਸਥਾਰ ਦੇ ਵਿੱਚ ਕਈ ਨਵੇਂ ਚਿਹਰੇ ਵੀ ਸ਼ਾਮਿਲ ਹੋ ਸਕਦੇ ਆ। ਕਹਿੰਦੇ ਆ ਵੀ ਰਾਜਾ ਵੜਿੰਗ ਦਾ ਵੀ ਉਹਦੇ ਵਿੱਚ ਨਾਂ ਸ਼ਾਮਿਲ ਹੋ ਸਕਦਾ, ਕੁਝ ਇੱਕ ਹੋਰ ਵੀ ਆ ਜਿਹੜੇ ਕੈਪਟਨ ਦੇ ਨੇੜਲੇ ਆ, ਜਾਂ ਜਿਹੜੇ 2 ਤੋਂ ਵੱਧ ਜਿੱਤੇ ਹੋਏ ਆ, ਜਾਂ ਜਿਹੜੇ ਜਾਤੀ ਸਮੀਕਰਨਾਂ ਕਰਕੇ ਵੀ ਕਿਹੜੇ ਖੇਤਰ ਚੋਂ ਕਿਹੜਾ ਕਿੰਨੀਆਂ ਵੋਟਾਂ ਨਾਲ ਜਿੱਤਿਆ ਕੀ ਹੋਇਆ ਉਹਦੇ ਆਧਾਰ ਤੇ। ਪਰ ਕਈਆਂ ਦੀ ਇੱਛਾ ਇਹ ਹੈ ਵੀ ਸਾਨੂੰ ਹੋਰ ਵਿਭਾਗ ਮਿਲ ਜੇ ਇਸ ਤੋਂ ਵੀ ਵੱਡਾ। ਅੱਛਾ, ਤੁਹਾਨੂੰ ਪਤਾ ਵੀ ਇੱਕ ਮੰਤਰੀ ਨੇ ਤਾਂ ਪਿੱਛੇ ਜੇ ਹਾਥੀ ਦੀ ਸਵਾਰੀ ਵੀ ਕੀਤੀ ਸੀ, ਚੰਨੀ ਸਾਹਿਬ, ਚੰਨੀ ਸਾਹਿਬ ਨੇ, ਤੇ ਉਹਨਾਂ ਨੇ ਆਪਣੇ ਚੰਗੇ ਦਿਨ ਹੋਰ ਲਿਆਉਣ ਦੇ ਲਈ ਆਪਣੀ ਦਫ਼ਤਰ ਦੇ ਬਾਹਰ ਤਖਤੀ ਹੈ ਜਿਹੜੀ ਉਹ ਕਾਲੇ ਰੰਗ ਤੋਂ ਤੇ ਸਿਲਵਰ ਕਰ ਦਿੱਤੀ। ਸਿਲਵਰ ਨੂੰ ਪੰਜਾਬੀ 'ਚ ਸਿਲਵਰ ਹੀ ਹੁੰਦਾ, ਨਹੀਂ 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 ਚਾਂਦੀ ਰੰਗੀ, ਚਾਂਦੀ ਰੰਗੀ ਉਹ ਕਰਵਾ ਲਿਆ ਸੀਗਾ। ਕਈ ਹੁਣ ਹੋਰ ਵੀ ਵਿਧਾਇਕ ਹੈਗੇ ਆ ਤੇ ਮੰਤਰੀ ਆ ਜਿਹੜੇ ਜਾਂਦੇ ਹੈਗੇ ਆ ਪੰਡਤਾਂ ਦੇ ਕੋਲੇ, ਜੋਤਿਸ਼ੀਆਂ ਦੇ ਕੋਲੇ, ਤੰਤਰਿਕਾਂ ਕੋਲੇ ਜਾ ਰਹੇ, ਨਾਰੀਅਲ ਨੂਰੀਅਲ ਵਹਾ ਰਹੇ ਨੇ ਪਾਣੀ 'ਚ, ਬੰਬ ਬਲਾ ਦਿੰਦੇ ਉਹ। ਕੀ ਬਾਤ ਹੈ, ਉਹ ਪਾਣੀ 'ਚ ਵਗਾਉਣ ਦੀ ਕੀ ਲੋੜ ਹੈ? ਇੱਕ ਕਾਂਗਰਸ ਦਾ ਵਿਧਾਇਕ ਕਹਿੰਦਾ ਵੀ ਸਾਨੂੰ ਕੈਪਟਨ ਸਾਹਿਬ ਨਾਲੋਂ ਵੱਧ ਭਰੋਸਾ ਤਾਂਤਰਿਕਾਂ ਦੇ ਉੱਤੇ ਆ। ਤੇ ਮੈਂ ਕਿਹਾ ਉਹ ਕਿਵੇਂ? ਕਹਿੰਦੇ ਜੀ ਜਦੋਂ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਬਣਨ ਦੀ ਇੱਛਾ ਪਾਲੀ ਸੀ, ਇਹ ਵੀ ਤਾਂ ਬਗਲਾ ਮੁਖੀ ਦਾ ਯੱਗ ਕਰਵਾ ਕੇ ਆਏ ਸੀਗੇ। ਅੱਛਾ, ਬਹੁਤ ਸਾਰੇ ਲੋਕ ਆ ਅੱਜ ਦੇ ਸਮੇਂ ਦੇ ਵਿੱਚ ਮੰਤਰੀਆਂ ਦੇ, ਤੁਸੀਂ ਉਂਗਲਾਂ ਦੇ ਵਿੱਚ ਛਾਪਾਂ ਛੱਲੇ ਜੇ ਕਈ ਹੁੰਦੇ ਆ, ਨਗ ਹੁੰਦੇ ਆ, ਉਂਗਲਾਂ ਦੇ ਵਿੱਚ ਨਗ ਪਾਏ ਨੀਲੇ ਪੀਲੇ, ਤੇ ਇੱਕ ਗਾਣਾ ਵੀ ਹੁੰਦਾ ਸੀਗਾ, ਇਹ ਮੇਰੇ ਹੁਣ ਚੇਤੇ ਚੋਂ ਵਿਸਰ ਗਿਆ ਥੋੜਾ ਜਿਹਾ, ਪਰ ਮੈਂ ਕਦੇ ਸੁਣਾਉਂਗਾ ਉਹ, ਠੀਕ ਆ। ਤੇ ਉਹ ਨਾ ਹੁਣ ਅਸਲ ਦੇ ਵਿੱਚ ਜਿਹੜੇ ਹੁਣ ਕਈ ਕਹਿੰਦੇ ਵੀ ਯੱਗ ਕਰਾਵਾਂਗੇ, ਕਈ ਮੰਤਰ ਤੰਤਰ ਕਰਦੇ ਆ, ਮੈਨੂੰ ਨਾ ਇਹ ਸਾਰੀਆਂ ਚੀਜ਼ਾਂ ਵੇਖ ਕੇ ਉਹ ਦਿਨ ਚੇਤੇ ਆ ਗਏ ਜਦੋਂ ਕਿਤੇ ਇਮਤਿਹਾਨ ਹੁੰਦੇ ਸੀ ਸਕੂਲਾਂ ਦੇ ਵਿੱਚ, ਹੈ ਨਾ, ਤੇ ਮਤਲਬ ਉਹ ਮੈਂ ਕਿਤੇ ਪੜ੍ਹ ਰਹੀ ਸੀ ਵੀ ਇਮਤਿਹਾਨ ਤੋਂ ਇੱਕ ਦਿਨ ਪਹਿਲਾਂ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਧਾਰਮਿਕ ਬੰਦੇ ਦੀ ਗੱਲ ਕਰਾਂ ਤਾਂ ਮੈਂ ਆ, ਹੈ ਨਾ, ਇਹ ਉਸੇ ਤਰੀਕੇ ਨਾਲ ਧਾਰਮਿਕ ਸਾਡੇ ਦੇਸ਼ ਦੀ ਬਦਕਿਸਮਤੀ ਹੈ ਨਾ, ਵਿਗਿਆਨ ਦਾ ਪੇਪਰ ਹੁੰਦਾ ਤੇ ਡੇਰੇ 'ਚ ਜਾ ਕੇ ਪਹਿਲਾਂ ਮੱਥਾ ਟੇਕਦੇ ਆ ਵੀ ਸੱਚੇ ਪਾਤਸ਼ਾਹ, 5 ਰੁਪਈਆਂ ਦਾ ਪ੍ਰਸ਼ਾਦ, 5 ਦਾ ਪ੍ਰਸ਼ਾਦ ਮੈਂ ਚੜਾਉਂਗਾ,
ਫਿਰ ਮੈਨੂੰ ਤੂੰ ਪਾਸ ਕਰਾ ਦੀ ਗੁਰਦੁਆਰੇ ਮੰਦਰ ਮਸਜਿਦ ਦੇ ਵਿੱਚ ਜਾ ਕੇ ਕਹਿੰਦੇ ਸੀ ਹਰੇਕ ਬੰਦੇ ਦੇ ਜ਼ਹਿਨ ਦੇ ਵਿੱਚ ਆਉਂਦੀ ਹੈ ਇੱਕ ਤਾਂ ਇਹ ਜਿਹੜੀ ਤੁਸੀਂ ਗੱਲ ਕਹੀ ਹੈ 5 ਰੁਪਏ ਦਾ ਪ੍ਰਸ਼ਾਦ ਚੜਾਉਂਗਾ ਹਨਾ ਤੇ ਮੈਨੂੰ ਪਾਸ ਕਰਵਾ ਦੀ ਉਸ ਤੋਂ ਇਲਾਵਾ ਵੀ ਇਹ ਇਮਤਿਹਾਨ ਨਿਕਲ ਜਾਣਾ ਅਗਲੇ ਇਮਤਿਹਾਨ 'ਚ ਮੈਂ ਜ਼ਰੂਰ ਪੜੂੰਗਾ ਜਿਹੜੇ ਨਾ ਨਿਆਣੇ ਹੁੰਦੇ ਆ ਨਾ ਉਹ ਵੀ ਕਮਾਲ ਹੁੰਦੇ ਆ ਇੱਕ ਨਿਆਣਾ ਨਾ ਕਿਸੇ ਭਗਵਾਨ ਦੀ ਫੋਟੋ ਦੇ ਮੂਹਰੇ ਹੱਥ ਜੋੜ ਕੇ ਖੜਾ ਹੇ ਸੱਚੇ ਪਾਤਸ਼ਾਹ ਹੇ ਸੱਚੇ ਪਾਤਸ਼ਾਹ ਭਾਰਤ ਦੀ ਰਾਜਧਾਨੀ ਭੋਪਾਲ ਬਣ ਜੇ ਭੋਪਾਲ ਬਣ ਜੇ ਭੋਪਾਲ ਬਣ ਜੇ ਉਹਦੀ ਮਾਂ ਕਹਿੰਦੀ ਵੀ ਇੱਕ ਗੱਲ ਹੋਈ ਦਿੱਲੀ ਆ ਭੋਪਾਲ ਕਿਉਂ ਬਣ ਜੇ ਮੈਂ ਪੇਪਰ ਦੇ ਵਿੱਚ ਐਂ ਲਿਖਿਆ ਆ ਪੇਪਰ ਦੇ ਵਿੱਚ ਉਹੀ ਹਾਲ ਸਾਡੇ ਮੰਤਰੀਆਂ ਦਾ ਹੈ ਨਾ ਹਰਮਨ ਜੀ ਬਜ਼ੁਰਗ ਆ ਨਾ ਜਿਹੜੇ ਉਹ ਸਾਡਾ ਸਰਮਾਇਆ ਹੁੰਦੇ ਆ ਪਰ ਕਈ ਵਾਰ ਬਜ਼ੁਰਗ ਇਹੋ ਜਿਹੀ ਹਰਕਤ ਵੀ ਕਰ ਦਿੰਦੇ ਆ ਵੀ ਹਾਸਾ ਬਹੁਤ ਆਉਂਦਾ ਉਹ ਤਾਂ ਹੈ ਰਾਜਸਥਾਨ ਦੇ ਵਿੱਚ ਸਮਰਦਾ ਪਿੰਡ ਆ ਕਰੌਲੀ ਜ਼ਿਲ੍ਹੇ ਦੇ ਵਿੱਚ 83 ਸਾਲ ਦੇ ਬਜ਼ੁਰਗ ਨੇ ਵਿਆਹ ਕਰਵਾਇਆ ਖੁਦ ਤੋਂ 53 ਸਾਲ ਛੋਟੀ ਕੁੜੀ ਨਾਲ ਕਰਵਾਇਆ ਕਿੰਨੇ ਸਾਲ 53 53 ਜਿਹਨੂੰ ਤੁਸੀਂ ਕਹਿੰਦੇ ਆ ਯਾਨੀ ਕੁੜੀ 30 ਸਾਲਾਂ ਦੀ ਜੋੜ 3 53 ਸਾਲ ਛੋਟੀ ਕੁੜੀ ਕੁੜੀ 30 ਸਾਲਾਂ ਦੀ ਜੀ ਇਸ ਬਜ਼ੁਰਗ ਦਾ ਪਹਿਲਾਂ ਵਿਆਹ ਹੋਇਆ ਉਹਦੇ ਮੁੰਡਾ ਉਹਦੇ ਕੁੜੀਆਂ ਦੋਤੇ ਪੋਤੇ ਮੈਨੂੰ ਲੱਗਦਾ ਕੁੜੀਆਂ ਦੀ ਉਮਰ ਵੀ 30 ਤੋਂ ਜ਼ਿਆਦਾ ਅਸਲ ਦੇ ਵਿੱਚ ਇਹਦੇ ਆਪਣਾ ਮੁੰਡਾ ਨਹੀਂਗਾ ਕੁੜੀਆਂ ਜਵਾਈਆਂ ਨੂੰ ਮੁੰਡਿਆਂ ਵਾਂਗੂ ਸਮਝਦਾ ਠੀਕ ਹੈ ਪਰ ਇਹਦੇ ਮਨ ਦੇ ਵਿੱਚ ਚਾਹਤ ਸੀ ਕਿ ਮੇਰੇ ਮੁੰਡਾ ਹੋਵੇ ਦੇਖੋ ਜੀ ਇਹ ਆ ਜਿਹੜੀ ਸਾਡੇ ਮਨ ਦੇ ਵਿੱਚ ਹੈ ਨਾ ਹੋਰ ਕਮਾਲ ਦੀ ਗੱਲ ਜਵਾਈ ਨੇ ਕੁੜੀ ਲੱਭ ਕੇ ਦਿੱਤੀ ਹੈ ਸਦਕੇ ਜਾਵਾਂ ਇਹੋ ਜਿਹੇ ਜਵਾਈਆਂ ਦੇ ਬਿਲਕੁਲ ਹੈ ਨਾ ਕਿਤੇ ਜਵਾਈ ਲਊ ਪੀਣੇ ਹੁੰਦੇ ਨੇ ਕਿਤੇ ਜਵਾਈ ਸਹੁਰੇ ਬਾਰੇ ਇੰਨਾ ਸੋਚ ਜਾਂਦੇ ਨੇ ਪਰ ਸ਼ਰਮ ਆਉਣੀ ਚਾਹੀਦੀ ਹੈ ਬਿਲਕੁਲ ਸ਼ਰਮਨਾਕ ਸੋਚਿਆ ਹੈ ਨਾ ਬਹੁਤ ਜ਼ਿਆਦਾ ਘਟੀਆ ਸੋਚ ਸੀ ਪਹਿਲਾਂ ਤਾਂ ਉਸ ਬਜ਼ੁਰਗ ਦੀ ਇੱਕ ਤਾਂ ਕਈ ਵਾਰੀ ਬੰਦਾ ਕੋਈ ਇਹੋ ਜਿਹੀ ਗੱਲ ਕਰਦਾ ਕਿ ਅਸੀਂ ਸਰਸ਼ਾਰ ਹੋ ਜਾਂਦੇ ਹਾਂ ਕਈ ਵਾਰ ਇਹੋ ਜਿਹੀ ਕਰਦਾ ਅਸੀਂ ਸ਼ਰਮਸਾਰ ਹੋ ਜਾਂਦੇ ਹਾਂ ਵਾਕਈ ਜੇ ਕਰਮਾਂ ਦੇ ਵਿੱਚ ਪੁੱਤ ਨਹੀਂ ਲਿਖਿਆ ਨਾ ਦਾਤੇ ਨੇ ਤਾਂ ਉਹ ਚਾਹੇ ਤੀਆਂ ਦੀ ਦਾਣ ਵਿਆਹ ਕਰਾ ਚਾਹੇ ਹਰਮਨ ਜੀ ਲਿਖਿਆ ਹੋਵੇ ਨਾ ਲਿਖਿਆ ਹੋਵੇ ਨਾਲ ਫਰਕ ਕੀ ਪੈਂਦਾ ਦੱਸੋ ਮੈਂ ਵੈਸੇ ਲੋਕਾਂ ਦੀ ਸੋਚ ਦੀ ਗੱਲ ਕਰ ਰਹੀ ਹਾਂ ਫੇਰ ਚਾਹੇ ਤੀਆਂ ਹੀ ਛੱਡ ਕੇ 25 ਦੀ ਨਾਲ ਵਿਆਹ ਕਰਾ ਲਾ ਉਹ ਨਹੀਂ ਲੱਭਣਾ ਤੇ ਨਾਲੇ ਪੁੱਤ ਜੇ ਜੁੱਤੀਆਂ ਮਾਰਨ ਵਾਲਾ ਹੀ ਹੋਊਗਾ ਉਹਦੇ ਨਾਲ ਉਹ ਲੱਖ ਦਰਜੇ ਤੀਆਂ ਚੰਗੀਆਂ ਕੁੜੀ ਮੁੰਡੇ ਦੇ ਵਿੱਚ ਕੋਈ ਫਰਕ ਨਹੀਂ ਤੁਸੀਂ ਆ ਤੁਸੀਂ ਮੁੰਡੇ ਵਰਗੇ ਕਿਸੇ ਨੂੰ ਕੁਝ ਨਹੀਂ ਸਮਝਦੇ ਠੀਕ ਆ ਇਸ ਕਰਕੇ ਵੀ ਕੁੜੀ ਤੇ ਮੁੰਡੇ 'ਚ ਫਰਕ ਕੀ ਆ ਹੁਣ ਨਹੀਂ ਵੈਸੇ ਵੀ ਦੇਖੋ ਫਰਕ ਹੋਵੇ ਨਾ ਹੋਵੇ ਕੁੜੀ ਕੁੜੀ ਹੁੰਦੀ ਆ ਮੁੰਡਾ ਮੁੰਡਾ ਹੁੰਦਾ ਮੈਂ ਇਹ ਮੰਨਦੀ ਹਾਂ ਕੁੜੀਆਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਨੇ ਉਹਨਾਂ ਨੂੰ ਕਿਸੇ ਦੇ ਨਾਲ ਕਦੇ ਵੀ ਤੁਸੀਂ ਤੁਲਨਾ ਨਾ ਕਰੋ ਮੁੰਡਾ ਆਪਣੀ ਥਾਂ ਤੇ ਹੁੰਦਾ ਧੀ ਆਪਣੀ ਥਾਂ ਦੇ ਉੱਤੇ ਹੁੰਦੀ ਆ ਪਰ ਹਾਂ ਇੰਨਾ ਜ਼ਰੂਰ ਹੈ ਕਿ ਜੇ ਅਸੀਂ ਇਹ ਕਹੀਏ ਵੀ ਪੁੱਤ ਜ਼ਰੂਰ ਹੋਣਾ ਚਾਹੀਦਾ ਧੀਆਂ ਜਿਹੜੀਆਂ ਨੇ ਉਹ ਨਹੀਂ ਤੁਹਾਡੀ ਲਾਠੀ ਬਣ ਸਕਦੀਆਂ ਬਜ਼ੁਰਗੀ ਦੇ ਵਿੱਚ ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤ ਫਹਿਮੀ ਹੈ ਉਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਤੁਹਾਨੂੰ ਮਾਨਸਿਕਤਾ ਬਦਲਣੀ ਪਊਗੀ ਲਾਠੀ ਨਹੀਂ ਡੰਡਾ ਹਾਂ ਸੋਟੀ ਸੋਟੀ ਹਾਂ ਵਾਕੇ ਇਹ ਸੋਚ ਬਦਲਣੀ ਪਊਗੀ ਕਿਉਂਕਿ ਮਤਲਬ ਗੱਲ ਇਹ ਹੁੰਦੀ ਹੈ ਕਿ ਜੇ ਮਤਲਬ ਮੇਰੇ ਪਿਤਾ ਜੀ ਆਮ ਤੌਰ 'ਤੇ ਇਹ ਕਹਿੰਦੇ ਹੁੰਦੇ ਨੇ ਕਿ ਜੇ ਪੁੱਤ ਨੇ ਵੀ ਵੱਡੇ ਹੋ ਕੇ ਤਾਂ ਫਿਰ ਥਾਣਿਆਂ ਕਚਹਿਰੀਆਂ ਦੇ ਵਿੱਚ ਹੀ ਰੋਲਣਾ ਜੇ ਛਿੱਤਰ ਹੀ ਮਾਰਨੇ ਨੇ ਜੇ ਘਰਾਂ 'ਚੋਂ ਬਾਹਰ ਹੀ ਕੱਢਣਾ ਠੀਕ ਹੈ ਸਾਰੇ ਇਹੋ ਜਿਹੇ ਨਹੀਂ ਹੁੰਦੇ ਪਰ ਜ਼ਿਆਦਾਤਰ ਇਹੋ ਜਿਹੇ ਹੁੰਦੇ ਨੇ ਤਾਂ ਫਿਰ ਇਹੋ ਜਿਹੇ ਪੁੱਤਾਂ ਨਾਲੋਂ ਧੀਆਂ ਲੱਖ ਦਰਜੇ ਚੰਗੀਆਂ ਹੁੰਦੀਆਂ ਨੇ ਸਾਰੀਆਂ ਧੀਆਂ ਨਹੀਂ ਚੰਗੀਆਂ ਸਾਰੇ ਪੁੱਤ ਨਹੀਂ ਚੰਗੇ ਪਰ ਜਿਹੜਾ ਅਸੀਂ ਇਹ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਵੀ ਪੁੱਤ ਚਾਹੀਦਾ ਹੀ ਚਾਹੀਦਾ ਹੈ ਧੀ ਜਿਹੜੀ ਹੈ ਉਹ ਵੰਸ਼ ਨਹੀਂ ਅੱਗੇ ਤੋਰੂਗੀ ਫਲਾਣਾ ਢੀਂਗਾ ਇਹ ਸਾਰੀਆਂ ਗੱਲਾਂ ਬੀਤ ਚੁੱਕੀਆਂ ਨੇ ਸਾਨੂੰ ਅੱਗੇ ਵਧਣ ਦੀ ਲੋੜ ਹੈ ਆਪਣੀ ਇਸ ਕਰਕੇ ਨਾ ਜਿਵੇਂ ਹਰਮਨ ਜੀ ਨੇ ਗੱਲ ਕਹੀ ਹੈ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜਾਈਏ ਅਸੀਂ ਉਹਨਾਂ ਨੂੰ ਡਾਕਟਰ ਬਣਾਈਏ ਇੰਜੀਨੀਅਰ ਬਣਾਈਏ ਅਧਿਆਪਕ ਬਣਾਈਏ ਕੁਛ ਵੀ ਬਣਾਈਏ ਪਰ ਅਸੀਂ ਉਹਨਾਂ ਨੂੰ ਬੰਦੇ ਵੀ ਬਣਾਈਏ ਆਪਦੀ ਕੁੜੀ ਨੂੰ ਇਸ ਕਰਕੇ ਸਮਝਾਈਏ ਕਿਉਂਕਿ ਉਹਨਾਂ ਨੇ ਕਿਸੇ ਦੇ ਘਰੇ ਨੂੰਹ ਬਣ ਕੇ ਜਾਣਾ ਆਪਦੇ ਮੁੰਡੇ ਨੂੰ ਇਸ ਕਰਕੇ ਸਮਝਾਈਏ ਕਿਉਂਕਿ ਉਹਨਾਂ ਨੇ ਕਿਸੇ ਦੀ ਕੁੜੀ ਨੂੰ ਅਪਣਾਉਣਾ ਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਖੁਸ਼ਹਾਲੀ ਬਰਕਰਾਰ ਰੱਖਣੀ ਬਾਕੀ ਔਰ ਇਹੋ ਜਿਹੇ ਗੁਣ ਆਪਣੇ ਬੱਚਿਆਂ ਦੇ ਵਿੱਚ ਪਾਈਏ ਕਿ ਉਹ 4 ਬੰਦਿਆਂ 'ਚ ਖੜ ਕੇ ਗੱਲਬਾਤ ਕਰ ਸਕਣ ਬਿਲਕੁਲ ਇਹ ਨਾ ਹੋਵੇ ਕਿ ਨਿਆਣੇ ਜਿਹੜੇ ਨੇ ਉਹ ਵੈਸੇ ਤਾਂ ਉਦਾਂ ਬੜੇ ਆਪਣੇ ਆਪ ਨੂੰ ਫੰਨੇ ਖਾਂ ਸਮਝਦੇ ਹੋਣ ਪਰ 4 ਬੰਦਿਆਂ 'ਚ ਖੜ ਕੇ ਗੱਲ ਨਾ ਕਰ ਫੰਨੇ ਖਾਂ ਕਿਸੇ ਨੂੰ ਵੀ ਸਮਝਣਾ ਨਹੀਂ ਚਾਹੀਦਾ ਹੈਗਾ ਜਿਹੜੀ 4 ਬੰਦਿਆਂ ਵਾਲੀ ਗੱਲ ਹੈ ਨਾ ਉਹ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ 4 ਬੰਦਿਆਂ ਦੇ ਵਿੱਚ ਖੜ ਕੇ ਪਾਏਦਾਰ ਗੱਲ ਕਰਨ ਦਾ ਹੁਨਰ ਹੋਣਾ ਚਾਹੀਦਾ ਵਾਕਈ ਸਹੀ ਨਹੀਂ ਤਾਂ ਫਿਰ ਪਤਾ ਹੀ ਆ ਹਰਮਨ ਜੀ ਕੁਲਦੀਪ ਮਾਣਕ ਦਾ ਨਾ ਇੱਕ ਗੀਤ ਸੀਗਾ ਯਾਦ ਕਿਹੜਾ ਦੱਸੋ ਚਿੱਠੀਆਂ ਸਹਿਬਾ ਜੱਟੀ ਨੇ ਲਿਖ ਮੇਰੇ ਜ਼ੇ ਵੱਲ ਪਾਈਆਂ ਬਿਲਕੁਲ ਚਿੱਠੀਆਂ ਦਾ ਦੌਰ ਅੱਜ ਖਤਮ ਹੋ ਗਿਆ ਜਿਹੜੇ ਹੁੰਦੇ ਨਾ ਡਾਕਖਾਨਿਆਂ ਦੇ ਪੀਪੇ ਜੇ ਟੰਗੇ ਜਿਹਨੂੰ ਤੁਸੀਂ ਲੈਟਰ ਬਾਕਸ ਕਹਿੰਦੇ ਲਾਲ ਰੰਗ ਦੇ ਸੋਹਣੇ ਬੜੇ ਲੱਗਦੇ ਆ ਮੈਨੂੰ ਅੱਜ ਸੋਹਣੇ ਬੜੇ ਲੱਗਦੇ ਮੈਂ ਨਾ ਅਸਲ ਦੇ ਵਿੱਚ ਕਦੇ ਦੌਰ ਇਹ ਗੱਲ ਹੋ ਗਈ 20 ਸਾਲ ਪੁਰਾਣੀ 18-20 ਸਾਲ ਪੁਰਾਣੀ ਜਦੋਂ ਮੈਂ ਅਖਬਾਰਾਂ ਦੇ ਵਿੱਚ ਹੁਣ ਤਾਂ ਚਲੋ ਤੁਹਾਨੂੰ ਫੋਨ ਆ ਜਾਂਦੇ ਆ ਈਮੇਲ ਆ ਜਾਂਦੀ ਆ ਵਟਸਐਪ ਤੇ ਲੋਕ ਸੁਨੇਹਾ ਭੇਜਦੇ ਆ ਪਹਿਲਾਂ ਚਿੱਠੀਆਂ ਹੀ ਆਉਂਦੀਆਂ ਹੁੰਦੀਆਂ ਸੀ ਤੁਸੀਂ ਯਕੀਨ ਮੰਨੋਗੇ ਵੀ ਮੈਨੂੰ ਹਰ ਰੋਜ਼ 8-10 ਚਿੱਠੀਆਂ ਆਉਂਦੀਆਂ ਵਾਹ
ਸਾਡਾ ਡਾਕੀਆ ਕਹਿਣਾ ਹੁੰਦਾ ਸੀ ਵੀ ਪੂਰੇ ਪਿੰਡ ਦੇ ਵਿੱਚ ਸਵਰਨ ਸਿਆਂ ਤੇਰੀ ਸਭ ਤੋਂ ਵੱਧ ਡਾਕ ਆਉਂਦੀ ਹੈ। ਵਾਹ। ਤੇ ਉਹਨੂੰ ਮੰਨ ਲਓ ਬਈ ਉੱਤੇ ਨਾਂ ਪਤਾ ਸਹੀ ਵੀ ਨਹੀਂ ਲਿਖਿਆ, ਸਵਰਨ ਸਿੰਘ ਟਹਿਣਾ ਫਰੀਦਕੋਟ, ਪਿੰਡ ਟਹਿਣਾ ਵੀ ਨਹੀਂ ਲੋੜ, ਉਹ ਤਾਂ ਵੀ ਸਾਡੇ ਘਰੇ ਆ ਜਾਂਦੀ। ਵਾਹ ਕਿਆ ਬਾਤ। ਤੇ ਮੈਨੂੰ ਉਹ, ਮੈਂ ਚਿੱਠੀਆਂ ਪੜ੍ਹਦੀਆਂ, ਕਈਆਂ ਦਾ ਜਵਾਬ ਵੀ ਦੇਣਾ, ਮੈਨੂੰ ਨਿੱਜੀ ਤੌਰ ਤੇ ਚੰਗਾ ਲੱਗਣਾ। ਇਹ ਇੱਕ ਕਿੰਨਾ ਅਪਣੱਤ ਦਾ ਜਿਹੜਾ ਰਿਸ਼ਤਾ। ਦੇਖੋ ਮੈਨੂੰ ਨਾ ਚਿੱਠੀ ਬਹੁਤ ਚੰਗੀ ਲੱਗਦੀ ਹੈ। ਪਹਿਲੀ ਚੀਜ਼ ਤਾਂ ਕਿ ਤੁਹਾਨੂੰ ਪਤਾ ਨਹੀਂ ਹੈ ਕਿ ਇਹਦਾ ਬੰਦ ਲਿਫਾਫੇ ਦੇ ਵਿੱਚ ਕੀ ਆ, ਵਿੱਚ ਕੀ ਲਿਖਿਆ ਹੋਇਆ, ਹਨਾ। ਤੁਸੀਂ ਉਹਨੂੰ ਖੋਲਦੇ ਹੋ, ਹੌਲੀ ਹੌਲੀ ਪੜ੍ਹਦੇ ਹੋ, ਤਾਂ ਉਹ ਤੁਹਾਡੇ ਅੰਦਰ ਭਾਵਨਾਵਾਂ ਫੁੱਟਦੀਆਂ ਨੇ। ਮੈਨੂੰ ਬੜੀ ਚੰਗੀ ਲੱਗਦੀ ਹੈ ਚਿੱਠੀ, ਹਨਾ। ਉਹ ਆਹ ਚੀਜ਼ਾਂ ਈਮੇਲ ਦੇ ਵਿੱਚ, ਚਾਹੇ ਵਟਸਐਪ ਹੋਵੇ, ਫੇਸਬੁੱਕ, ਉਹ ਆਪਣਾ ਤਾਂ ਤੁਸੀਂ ਉਹਦੇ 'ਤੇ ਨਹੀਂ ਮਹਿਸੂਸ ਕਰ ਸਕਦੇ। ਪਲੱਸ ਨਾ ਮੈਂ ਤੁਹਾਨੂੰ ਦੱਸਦੀ, ਮੈਂ ਜੋ ਛੋਟੀ ਜਿਹੀ ਸੀ ਅਤੇ ਜਿਹੜੇ ਡੱਬੇ ਹੁੰਦੇ ਨੇ ਲੈਟਰ ਬਾਕਸ, ਹਨਾ, ਉਹਦਾ ਇੱਦਾਂ ਮੂੰਹ ਇੱਦਾਂ ਬਾਹਰ ਨੂੰ ਹੁੰਦਾ ਨਾ ਕਾਲਾ ਜਿਹਾ, ਜਿਹਦੇ ਵਿੱਚ ਇੱਦਾਂ ਹੱਥ ਪਾ ਕੇ ਤੁਸੀਂ ਚਿੱਠੀ ਪਾਉਂਦੇ ਹੋ, ਤਾਂ ਮੈਂ ਹਮੇਸ਼ਾ ਉਹਨੂੰ ਵੇਖ ਕੇ ਸੋਚਣਾ ਵੀ ਹਾਏ ਕਿੱਦਾਂ ਦਾ ਮਹਿਸੂਸ ਹੁੰਦਾ ਹੋਏਗਾ ਵੀ ਜਦੋਂ ਅੱਗੇ ਚਿੱਠੀ ਪਾਉਂਦੇ ਹੋ ਤੁਸੀਂ, ਹਨਾ, ਵੀ ਕਿੰਨੀ ਅੱਛੀ ਅੱਛੀ ਫੀਲਿੰਗ ਹੋਵੇ। ਚਿੱਠੀ ਦੀ ਇੱਕ ਕੰਨੀ ਪਾਰਟੀ ਹੋਵੇ ਨਾ, ਉਹ ਭਾਵੇਂ ਅਚਾਨਕ ਡਾਕੀਏ ਤੋਂ ਪਾਟ ਗਈ ਹੋਵੇ, ਰਾਹ ਦੇ ਵਿੱਚ ਸਾਈਕਲ ਦੀ ਟੋਕਰੀ ਲੱਗ ਜਾਂਦੀ ਹੈ, ਮੈਂ ਪੁੱਤਾਂ ਦੇ ਪਿੱਟੇ ਗਏ ਵੇ, ਲੁੱਟੇ ਗਏ ਵੇ, ਸਾਡੇ ਕੀ ਵਾਪਰ ਗਿਆ, ਕੋਈ, ਹਨਾ, ਮਾੜੀ ਖਬਰ। ਇਹ ਹੁੰਦਾ ਸੀਗਾ, ਪਰ ਕਈ ਵਾਰ ਇਹ ਜਦੋਂ ਪੜ੍ਹਦੇ ਸੀ ਪਤਾ ਲੱਗਦਾ ਸੀ ਵੀ ਲਿਖਤਮ ਫਲਾਣਾ ਸਿੰਘ, ਅਸੀਂ ਸਾਰੇ ਹਾਂ ਖੁਸ਼ ਹਾਂ, ਖੁਸ਼ ਮੰਗਲ ਹਾਂ, ਤੁਹਾਡੀ ਖੁਸ਼ੀ ਦੀ ਕਾਮਨਾ ਕਰਦੇ ਹਾਂ। ਤੇ ਉਹ ਅਨਸ ਵੀ ਜਿਹੜੀ ਚਿੱਠੀ ਅਚਾਨਕ ਪਾਟ ਗਈ, ਕਈ ਵਾਰੀ ਦੇਖੋ ਇਹ ਇੱਕ ਦੁੱਖ ਦਾ ਸੁਨੇਹਾ ਹੁੰਦਾ ਸੀ ਚਿੱਠੀ ਪਾਟੀ, ਤੇ ਕਈ ਵਾਰ ਡਾਕੀਏ ਦੀ ਟੋਕਰੀ ਚ ਫਸ ਕੇ ਪਾਟ ਜਾਂਦੀ ਸੀ। ਤੁਸੀਂ ਮੰਨੋਗੇ, ਮੈਂ ਘਰੇ ਆਪਣੇ ਇੱਕ ਵੱਡਾ ਸਾਰਾ ਰਜਿਸਟਰ ਲਗਾਇਆ ਹੋਇਆ ਤੇ ਜਿੰਨੀਆਂ ਚਿੱਠੀਆਂ ਅੱਜ ਤੱਕ ਮੈਨੂੰ ਆਈਆਂ ਨੇ ਜਾਂ ਸਾਡੇ ਪਰਿਵਾਰ ਦੇ ਵਿੱਚ ਕਿਸੇ ਨੇ ਭੇਜੀਆਂ ਨੇ, ਉਹ ਸਾਰੀਆਂ ਉਹਦੇ ਤੇ ਪੇਸਟ ਕੀਤੀਆਂ ਹੋਈਆਂ ਨੇ। ਬਹੁਤ ਵਧੀਆ ਗੱਲ, ਅੱਜ ਤੱਕ ਮੈਂ ਸੰਭਾਲ ਕੇ ਰੱਖਿਆ ਹੋਇਆ। ਮੈਂ ਨਾ ਗੱਲ ਇਹ ਤਾਂ ਛੇੜੀ, ਹਾਂਜੀ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਆ। ਕਾਹਦੇ ਲਈ ਚਿੱਠੀ? ਵੀ ਇਉਂ ਲਿਖੀ ਆ ਵੀ ਜਿਵੇਂ ਆਪ ਤਾਂ ਅੰਡੇਮਾਨ 'ਚ ਰਹਿੰਦੇ ਆ ਤੇ ਕੈਪਟਨ ਪੰਜਾਬ 'ਚ ਰਹਿੰਦਾ, ਉਦਾਂ ਤਾਂ ਕਦੇ ਗੱਲ ਹੀ ਨਹੀਂ ਹੁੰਦੀ। ਵਟਸਐਪ ਫੋਨ ਨੰਬਰ ਤਾਂ ਹੋਣਾ ਹੀ ਨਹੀਂ, ਹਨਾ। ਚਿੱਠੀ ਲਿਖੀ ਆ, ਉਹ ਕਹਿੰਦੇ ਵੀ ਜਿਹੜਾ ਮੈਡੀਕਲ ਕਾਲਜ ਬਣਨਾ, ਜਿਹੜਾ ਕਿ ਮੋਹਾਲੀ ਦੇ ਵਿੱਚ ਸੀਗਾ ਬਣਨਾ, ਤੇ ਤੁਸੀਂ ਉਹਨੂੰ ਸੰਗਰੂਰ ਦੇ ਵੱਲ ਲੈ ਕੇ ਜਾ ਰਹੇ ਹੋ, ਉਹਨੂੰ ਗੁਰਦਾਸਪੁਰ ਦੇ ਵਿੱਚ, ਪਠਾਨਕੋਟ ਦੇ ਵਿੱਚ ਜਾਂ ਧਾਰੀਵਾਲ ਦੇ ਵਿੱਚ ਇੱਥੇ ਲੈ ਕੇ ਆਓ। ਲੈ ਕੇ ਜਾ ਰਹੇ ਹੋ ਤਾਂ ਐਂ ਕਹਿੰਦੇ ਜਿੱਦਾਂ ਛੋਟੇ ਹਾਥੀ ਤੇ ਲੱਦਿਆ ਹੁੰਦਾ। ਸਹੀ ਗੱਲ, ਮਗਰ ਲੋਡ ਕੀਤਾ। ਸਹੀ ਗੱਲ, ਉਹਨਾਂ ਨੇ ਲਿਖੀ ਚਿੱਠੀ। ਮੈਂ ਨਾ ਕਦੇ ਕਦੇ ਇਹਦੇ ਪਿੱਛੇ ਇੱਕ ਕਾਰਨ ਸਮਝਦਾ ਵੀ ਚਿੱਠੀਆਂ ਕਿਉਂ ਲਿਖੀਆਂ ਜਾਂਦੀਆਂ, ਰਾਜਨੀਤਿਕ ਲੋਕ ਹੀ ਕਿਉਂ ਲਿਖਦੇ ਆ। ਕੇਜਰੀਵਾਲ ਨੇ ਲਿਖਦੀ ਪ੍ਰਧਾਨ ਮੰਤਰੀ ਕੋ ਚਿੱਠੀ, ਹਾਂ ਇਹ ਬੜੀਆਂ ਖਬਰਾਂ, ਫਲਾਣੇ ਨੇ ਲਿਖਾ ਫਲਾਣੇ ਕੋ ਖਤ। ਉਹ ਜਿਹੜਾ ਲਿਖਦੇ ਆ ਨਾ, ਉਹ ਅਸਲ ਦੇ ਵਿੱਚ ਇੱਕ ਖਬਰ ਬਣਦੀ ਹੈ। ਜੇ ਤੁਸੀਂ ਫੋਨ ਕਰਤਾ ਖਬਰ ਥੋੜੀ ਬਣਦੀ ਹੈ, ਹਾਂ ਜੇ ਤੁਸੀਂ ਈਮੇਲ ਕਰਤੀ ਤਾਂ ਖਬਰ ਥੋੜੀ ਬਣਦੀ ਹੈ ਵੀ ਉਹਨਾਂ ਈਮੇਲ ਕੀਤੀ ਹੈ। ਉਹਨਾਂ ਨੇ ਚਿੱਠੀ ਜਾਰੀ ਕਰਦਿਆਂ ਕਿਹਾ ਕਿ ਉਹ ਐਂ ਲੱਗਦਾ ਜਾਰੀ ਕਰਦੇ ਹੋ ਕਿ ਪਤਾ ਨਹੀਂ ਕਿਹੜੀ ਬੰਦੂਕ ਚਲਾ ਦਿੱਤੀ ਹੋਵੇ। ਮੈਂ ਬੜੀ ਔਖੀ ਸੀ, ਹਨਾ, ਇਸ ਕਰਕੇ ਇਹ ਨਹੀਂ ਪਤਾ ਵੀ ਭਾਈ ਕੈਪਟਨ ਸਾਹਿਬ ਆ ਜਿਹੜੇ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਗੌਰ ਫਰਮਾਈ ਕਰਨਗੇ ਕਿ ਨਹੀਂ, ਕਿਉਂਕਿ ਬਣਦੀ ਬਹੁਤ ਦੋਵਾਂ ਦੀ ਨਾ, ਬਸ ਸਿਰਾ ਹੀ ਲੱਗਿਆ ਪਿਆ। ਇੰਨਾ ਜ਼ਿਆਦਾ ਪ੍ਰਤਾਪ ਸਿੰਘ ਬਾਜਵਾ ਹੁੰਦੇ ਸੀ ਪ੍ਰਧਾਨ ਕਾਂਗਰਸ ਦੇ, ਕੈਪਟਨ ਅਮਰਿੰਦਰ ਸਿੰਘ ਨੇ ਕੁਜੀ ਚਕਾਨਾ ਇਹੋ ਜਿਹਾ ਪਾਇਆ ਸੀਗਾ ਵੀ ਉਹਨਾਂ ਦੀ ਪ੍ਰਧਾਨਗੀ ਖੋ ਕੇ ਲੈ ਗਏ ਸੀਗੇ। ਫਿਰ ਇਹਨਾਂ ਦੇ ਟੱਬਰ ਨੂੰ ਗੁਰਦਾਸਪੁਰ ਵਾਲੀ ਜ਼ਮੀਨੀ ਚੋਣ ਦੀ ਟਿਕਟ ਨਹੀਂ ਦਿੱਤੀ। ਦੇਖੋ ਪਿਆਰ ਦੀ ਗੱਲ ਹੁੰਦੀ ਹੈ, ਉਹ ਚਾਹੁੰਦੇ ਨਹੀਂ ਸੀ ਵੀ ਉਹ ਇੰਨੀ ਸ਼ਿੱਦਤ ਦੇ ਨਾਲ ਕੰਮ ਕਰਨ। ਹਾਂ ਉਹ ਕਹਿੰਦੇ ਉਹ ਰੈਸਟ ਕਰਨ, ਤੌੜੀ ਉਬਲੇ ਤਾਂ ਆਪਾਂ ਹੀ ਸਾੜਦੀ ਹੈ, ਨਾ ਉਹ ਕਿਸੇ ਦਾ ਕੁਝ ਵਿਗਾੜਦੀ ਹੈ, ਉਬਲ ਉਬਲ ਕੇ ਬਾਹਰ ਨਿਕਲਦਾ। ਵਾਕੀ ਪਿਆਰੀ। ਦੇਖੋ ਹੁਣ ਚਿੱਠੀਆਂ ਦਾ ਕੀ ਜਵਾਬ ਆਉਂਦਾ, ਪਰ ਅਸੀਂ ਧੰਨਵਾਦੀ ਹਾਂ ਇਹਨਾਂ ਰਾਜਨੀਤਿਕ ਲੋਕਾਂ ਦੇ ਜਿਨ੍ਹਾਂ ਨੇ ਚਿੱਠੀਆਂ ਵਾਲਾ ਸੱਭਿਆਚਾਰ ਜਿਉਂਦਾ ਰੱਖਿਆ। ਵਾਕਈ ਜੀ, ਬਹੁਤ ਸਾਰੀਆਂ ਨਾ ਭਾਸ਼ਾਵਾਂ ਭਾਰਤ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਹਾਸ਼ੀਏ ਦੇ ਉੱਤੇ ਜਾ ਰਹੀਆਂ, ਜਿਨ੍ਹਾਂ ਨੂੰ ਲੋਕ ਬੋਲਣੋਂ ਹਟਦੇ ਜਾ ਰਹੇ ਆ, ਉਹਨਾਂ ਭਾਸ਼ਾਵਾਂ ਦੇ ਅਲੋਪ ਹੋਣ ਦਾ ਖਤਰਾ ਪੈਦਾ ਹੋ ਰਿਹਾ। ਜਿਵੇਂ ਕਿ ਪੰਜਾਬੀ, ਪੰਜਾਬੀ ਤਾਂ ਚਲੋ ਹਾਲੇ ਸਹਿਕਦੀ ਆ, ਜਿਉਂਦੀ ਆ, ਕਿਉਂਕਿ ਜ਼ੋਰ ਦੇ ਰਹੇ ਹਾਂ ਅਸੀਂ, ਸਾਡੀਆਂ ਜਿਹੜੀਆਂ ਆਉਂਦੀਆਂ ਪੀੜ੍ਹੀਆਂ ਨਾ, ਇੱਕ ਦੋ ਤਿੰਨ ਪੀੜ੍ਹੀਆਂ ਅੱਗੇ ਦੀ ਗੱਲ ਜਦੋਂ ਅਸੀਂ ਕਰਾਂਗੇ, ਸ਼ਾਇਦ ਉਦੋਂ ਨਾ ਕਿਤੇ ਸਾਡੀ ਭਾਸ਼ਾ ਅਲੋਪ ਹੋ ਜੇ, ਬੋਲੀ ਅਲੋਪ ਹੋ ਜੇ। ਗੱਲ ਇਹ ਹੈ ਕਿ ਜੇ ਆਪਾਂ ਆਪਣੀ ਮਾਂ ਬੋਲੀ ਦੀ ਗੱਲ ਕਰੀਏ, ਠੀਕ ਹੈ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਹ ਮੈਂ ਵੀ ਬੋਲਦੀ ਹਾਂ ਅੰਗਰੇਜ਼ੀ ਦੇ, ਪਰ ਮੈਨੂੰ ਇਸ ਚੀਜ਼ ਦਾ ਕਿਤੇ ਨਾ ਕਿਤੇ ਮਾਣ ਜ਼ਰੂਰ ਹੁੰਦਾ ਕਿ ਮੈਨੂੰ ਤੁਹਾਡੀ ਸੰਗਤ ਦਾ ਕਰਕੇ ਜਾਂ ਵੈਸੇ ਵੀ ਉਹਨਾਂ ਅੰਗਰੇਜ਼ੀ ਦੇ ਸ਼ਬਦਾਂ ਨੂੰ ਚਾਹੇ ਮੈਂ ਦਿਮਾਗ 'ਤੇ ਜ਼ੋਰ ਪਾ ਕੇ ਸਹੀ, ਪਰ ਮੈਨੂੰ ਉਹਨਾਂ ਦਾ ਪੰਜਾਬੀਕਰਨ ਪਤਾ ਹੈ। ਦੇਖੋ ਜੀ, ਇੱਕ ਗੱਲ ਇਹ ਵੀ ਹੈ ਨਾ ਹਰਮਨ ਜੀ, ਅਸੀਂ ਅੰਗਰੇਜ਼ੀ ਸਿੱਖ ਗਏ, ਫ੍ਰੈਂਚ ਸਿੱਖੋ, ਤਾਮਿਲ ਸਿੱਖੋ, ਕੰਨੜ ਸਿੱਖੋ, ਜੋ ਮਰਜ਼ੀ ਸਿੱਖੋ, ਪਰ ਰੌਲਾ ਸਿਰਫ ਇੱਥੇ ਆ, ਮਸਲਾ ਇਹ ਆ ਕਿ ਜਿਹੜੇ ਸੂਬੇ ਦੇ ਵਿੱਚ ਤੁਸੀਂ ਰਹਿੰਦੇ ਹੋ, ਜਿਹੜੇ ਸੂਬੇ ਦੀ ਆਬੋ ਹਵਾ ਦੇ ਵਿੱਚ ਸਾਹ ਲੈਂਦੇ ਹੋ, ਜਿੱਥੋਂ ਦਾ ਖਾਂਦੇ ਹੋ, ਜਿੱਥੋਂ ਦੀ ਧਰਤੀ ਨੂੰ ਵਰਤਦੇ ਹੋ, ਉਸ ਸੂਬੇ ਦੀ ਭਾਸ਼ਾ ਦੇ ਨਾਲ
ਆਪਣੀ ਜਿਹੜੀ ਅਪਣੱਤ ਪਿਆਰ ਮੁਹੱਬਤ ਬਰਕਰਾਰ ਸੀ ਕਿ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਹੁਣ ਜਿੱਦਾਂ ਮੈਨੂੰ ਬਹੁਤ ਸਾਰੇ ਲਫ਼ਜ਼ ਇਹੋ ਜਿਹੇ ਨੇ ਜਿਨ੍ਹਾਂ ਦੇ ਚਾਹੇ ਮੈਂ ਦਿਮਾਗ 'ਤੇ ਜ਼ੋਰ ਪਾਵਾਂ ਪਰ ਮੈਨੂੰ ਉਹਨਾਂ ਦੀ ਪੰਜਾਬੀ ਪਤਾ ਹੁੰਦੀ ਹੈ, ਮੈਨੂੰ ਯਾਦ ਆ ਜਾਂਦੀ ਹੈ ਨਾ, ਪਰ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਾਂ ਜਿਹੜੀਆਂ ਸਾਡੀਆਂ ਹੁਣ ਪੀੜ੍ਹੀਆਂ ਨੇ ਜਾਂ ਅਗਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਬਿਲਕੁਲ ਹੀ ਉਹਨਾਂ ਲਫ਼ਜ਼ਾਂ ਦਾ ਨਹੀਂ ਪਤਾ, ਉਹਨਾਂ ਨੂੰ ਉਹਦਾ ਮਤਲਬ ਹੀ ਨਹੀਂ ਪਤਾ ਵੀ ਉਹ 44 ਭਾਸ਼ਾਵਾਂ ਭਾਰਤ ਦੀਆਂ ਇਹੋ ਜਿਹੀਆਂ ਹਾਂਜੀ ਜਿਹੜੀਆਂ ਬਿਲਕੁਲ ਹਾਸ਼ਗੇ ਦੇ ਉੱਤੇ ਕਿਨਾਰੇ 'ਤੇ ਪਹੁੰਚੀਆਂ ਹੋਈਆਂ, ਠੀਕ ਹੈ ਜੀ, ਉਹਨਾਂ ਭਾਸ਼ਾਵਾਂ ਦੇ ਅਲੋਪ ਹੋ ਜਾਣ ਦਾ ਖਤਰਾ ਹਾਲੇ ਮੰਡਰਾ ਨਹੀਂ ਰਿਹਾ, ਲਗਭਗ ਖਤਮ ਹੀ ਹੋ ਚੁੱਕੀਆਂ, ਕੁਝ ਕੁ ਹਜ਼ਾਰ ਲੋਕ ਆ ਜਿਹੜੇ ਉਹਨਾਂ ਨੂੰ ਬੋਲਣ ਵਾਲੇ ਬਾਕੀ ਬਚੇ ਆ, ਮੈਂ ਨਾ ਲਿਖ ਕੇ ਲਿਆਇਆ ਵੀ ਉਹ ਕਿਹੜੀਆਂ ਕਿਹੜੀਆਂ ਕਿਹੜੇ ਕਿਹੜੇ ਸੂਬੇ ਦੇ ਵਿੱਚ ਭਾਸ਼ਾਵਾਂ ਹੈਗੀਆਂ। ਜ਼ਰੂਰ ਜ਼ਰੂਰ, ਦੇਖੋ ਜੀ 11 ਭਾਸ਼ਾਵਾਂ ਹੈਗੀਆਂ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੀਆਂ, ਠੀਕ ਹੈ ਜੀ, ਗ੍ਰੇਟ ਅੰਡੇਮਾਨੀਜ, ਜਰਾਵਾ, ਲੂਰੋ, ਮਿਯੋਤ, ਓਂਗੇ, ਪੂ, ਸਨੇਨੀਓ, ਸ਼ੋਮਪੇਨ ਤੇ ਤਹਾਨ ਯਿਲਾਂਗ। ਇਹ ਭਾਸ਼ਾਵਾਂ 11 ਹੈਗੀਆਂ ਜਿਹੜੀਆਂ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਵਿੱਚ ਅਲੋਪ ਹੋਣ ਦੇ ਕਿਨਾਰੇ 'ਤੇ ਪਹੁੰਚੀਆਂ। ਠੀਕ ਹੈ ਜੀ। ਮਨੀਪੁਰ ਦੀਆਂ ਹੈਗੀਆਂ 7 ਭਾਸ਼ਾਵਾਂ ਸੰਕਟ ਗ੍ਰਸਤ, ਠੀਕ ਹੈ ਜੀ, ਇਹ ਮੋਲ, ਅੱਕਾ, ਕੋਈਰੇਨ, ਲਾਮਗੈਂਗ, ਪੁਰਮ ਤੇ ਤਰਾਓ, ਇਹ ਭਾਸ਼ਾਵਾਂ ਉੱਥੇ ਅਲੋਪ ਹੋਣ ਲੱਗੀਆਂ। ਹਿਮਾਚਲ ਦੀਆਂ 4 ਭਾਸ਼ਾਵਾਂ ਸੰਕਟ ਗ੍ਰਸਤ ਆ, ਬਗਾਤੀ, ਹੰਦੂਰੀ, ਪੰਗਵਾਲੀ ਤੇ ਸਿਰਮੌਦੀ, ਠੀਕ ਹੈ ਜੀ, ਤੇ ਉੜੀਸਾ ਦੀਆਂ ਮੰਡਾ, ਪਰਜੀ ਤੇ ਪੇਂਗੋ ਭਾਸ਼ਾਵਾਂ ਹੈਗੀਆਂ। ਕਰਨਾਟਕ ਦੀ ਇੱਕ ਭਾਸ਼ਾ ਹੈਗੀ ਆ, ਉਹਦਾ ਨਾਂ ਹੈਗਾ ਕਰਾਗਾ ਤੇ ਦੂਜੀ ਹੈਗੀ ਆ ਕੁਰੂਬਾ। ਆਂਧਰਾ ਪ੍ਰਦੇਸ਼ ਦੀਆਂ 2 ਭਾਸ਼ਾਵਾਂ ਹੈਗੀਆਂ, ਗਡਾਬਾ ਤੇ ਨੈਕੀ ਜਿਹੜੀਆਂ ਸੰਕਟ ਗ੍ਰਸਤ ਆ। ਉੱਤਰਾਖੰਡ ਦੀ ਬੰਗਾਨੀ, ਝਾਰਖੰਡ ਦੀ ਬਿਰਹੋਰ, ਮੇਘਾਲਿਆ ਦੀ ਰੂਗਾ ਤੇ ਪੱਛਮੀ ਬੰਗਾਲ ਦੀ ਭਾਸ਼ਾ ਹੈਗੀ ਇੱਕ ਟੂਟੋ ਟੋਟੋ, ਇਹ ਜਿਹੜੀਆਂ ਭਾਸ਼ਾਵਾਂ ਇਹ ਸੰਕਟ ਗ੍ਰਸਤ ਹੋ ਚੁੱਕੀਆਂ। ਇਹ ਖ਼ਬਰ ਸਾਂਝੀ ਕਰਨ ਦਾ ਮਕਸਦ ਇੱਕੋ ਹੀ ਹੈ ਬਈ 21 ਤਰੀਕ ਨੂੰ ਯਾਨੀ ਕਿ 21 ਫਰਵਰੀ ਨੂੰ ਅਸੀਂ ਮਾਂ ਬੋਲੀ ਦਿਵਸ ਮਨਾਉਂਦੇ ਹਾਂ ਹਰ ਸੂਬੇ ਦੇ ਵਿੱਚ ਹਰ ਥਾਂ 'ਤੇ ਜਿੱਥੋਂ ਜਿੱਥੋਂ ਦੀ ਜਿਹਦੀ ਭਾਸ਼ਾ ਉਹ ਮਨਾਉਂਦੇ ਆ। ਕਿਤੇ ਇਹਨਾਂ 44 ਭਾਸ਼ਾਵਾਂ ਦੇ ਵਾਂਗੂ ਅਸੀਂ ਪੰਜਾਬੀ ਨੂੰ 45ਵੀਂ ਨਾ ਬਣਾ ਲਈਏ, ਆਪਣੀ ਬੋਲੀ ਨੂੰ ਬਚਾਈਏ। ਮੈਂ ਨਹੀਂ ਚਾਹੁੰਦਾ ਕਿ ਜਿਵੇਂ ਮੈਂ ਅੱਜ ਸੂਚੀ ਲੈ ਕੇ ਆਇਆ ਇਹਦੇ ਵਿੱਚ ਕਦੇ ਪੰਜਾਬੀ ਦਾ ਨਾਂ ਆਵੇ, ਮੇਰੇ ਜਾਂਦੇ ਮੇਰੇ ਮਰਨ ਤੋਂ ਬਾਅਦ ਆ ਜਾਵੇ, ਮੈਨੂੰ ਇਹਦਾ ਅਸੀਂ ਇਹ ਚਾਹੁੰਦੇ ਹਾਂ। ਮੈਂ ਆਪਣੇ ਜਿਉਂਦੇ ਜੀ ਪੰਜਾਬੀ ਬੋਲੀ ਦੀ ਤ੍ਰਿਸਕਾਰੀ ਹਾਲਤ ਨਹੀਂ ਦੇਖ ਸਕਦਾ ਤੇ ਮਰਨ ਤੋਂ ਬਾਅਦ ਕੀ ਹੁੰਦਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ। ਪੰਜਾਬੀ ਬੋਲੀ ਜਿਉਂਦੀ ਹੈ ਤਾਂ ਅਸੀਂ ਜਿਉਂਦੇ, ਬਿਲਕੁਲ, ਇਹ ਸਾਡੀ ਬਹੁਤ ਵੱਡੀ ਤ੍ਰਾਸਦੀ ਹੈ ਕਿ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਪੰਜਾਬੀ ਨੂੰ ਵਿਸਾਰਦੀਆਂ ਜਾ ਰਹੀਆਂ ਨੇ। ਸੋ ਮੈਨੂੰ ਲੱਗਦਾ ਹੈ ਕਿ 21 ਫਰਵਰੀ ਦੇ ਦਿਨ ਸਾਨੂੰ ਸਾਰਿਆਂ ਨੂੰ ਸਹੁੰ ਖਾਣੀ ਚਾਹੀਦੀ ਹੈ ਕਿ ਅਸੀਂ ਆਪ ਵੀ ਪੰਜਾਬੀ ਬੋਲਾਂਗੇ, ਆਪਣੀਆਂ ਪੀੜ੍ਹੀਆਂ ਨੂੰ ਪੰਜਾਬੀ ਸਿਖਾਵਾਂਗੇ। ਤੇ ਇਹ ਮੈਂ ਮਾਵਾਂ ਨੂੰ ਬੇਨਤੀ ਕਰਦੀ ਹਾਂ ਇੱਕ ਕਿ ਆਪਣੇ ਜ਼ਹਿਨ ਦੇ ਵਿੱਚੋਂ ਇਹ ਗੱਲ ਕੱਢ ਦੇਣ ਕਿ ਪੰਜਾਬੀ ਤਾਂ ਪੜ੍ਹ ਲੈਣਗੇ, ਕੋਈ ਗੱਲ ਨਹੀਂ, ਪੰਜਾਬੀ ਅਨਪੜ੍ਹਾਂ ਦੀ ਭਾਸ਼ਾ ਨਹੀਂ ਹੈ, ਪੰਜਾਬੀ ਸੁਹਿਰਦ ਲੋਕਾਂ ਦੀ, ਸਿਆਣੇ ਲੋਕਾਂ ਦੀ ਭਾਸ਼ਾ ਹੈਗੀ ਆ, ਬੋਲੀ ਹੈਗੀ ਆ। ਮੈਂ ਤਾਂ ਇਸ ਗੱਲ ਦੇ ਉੱਤੇ ਕਦੇ ਕਦੇ ਮਾਣ ਮਹਿਸੂਸ ਕਰਦਾ ਕਿ ਪੰਜਾਬੀ ਨੂੰ ਬਚਾਇਆ ਹੀ ਅਨਪੜ੍ਹਾਂ ਨੇ ਹੋਇਆ, ਵਾਕਈ ਨਹੀਂ ਤਾਂ ਪੜ੍ਹੇ ਲਿਖਿਆ ਨਹੀਂ ਤਾਂ ਪੜ੍ਹੇ ਲਿਖਿਆ ਨੇ ਤਾਂ ਕੰਮ ਕਰਤਾ ਸੀਗਾ। ਇਸ ਕਰਕੇ ਇਹ ਸਰਕਾਰਾਂ ਦਾ ਹੀ ਫਰਜ਼ ਨਹੀਂ, ਇਹ ਸਾਡਾ ਆਪਣਾ ਫਰਜ਼ ਆ, ਸਾਡਾ ਆਪਣਾ ਘਰ ਆ ਜਿਹੜਾ, ਉਹਦੇ ਵਿੱਚ ਅਸੀਂ ਜਦੋਂ ਬੱਚੇ ਨੂੰ ਕਹਿੰਦੇ ਆ ਨਾ ਬੇਟਾ ਆਪ ਕਿਉਂ ਪੰਜਾਬੀ ਬੋਲਤੇ ਹੋ, ਬੇਟਾ ਆਪ ਕਿਉਂ ਨਹੀਂ ਬਾਤ ਕਰਤੇ ਹਿੰਦੀ ਮੇ, ਅਗਰ ਆਪ ਹਿੰਦੀ ਮੇ ਜਾਂ ਇੰਗਲਿਸ਼ ਮੇ ਬਾਤ ਨਹੀਂ ਕਰੋਗੇ ਮੈਂ ਆਪਕੇ ਮਾਰੂੰਗੀ, ਮੈਂ ਆਪਕੋ ਖਾਣਾ ਨਹੀਂ ਦੂੰਗੀ, ਖਾਣਾ ਨਹੀਂ ਦੂੰਗੀ, ਬਸ ਇਹ ਗੱਲਾਂ ਗਲਤ ਆ। ਸਤਿਆਨਾਸ ਕਰਦੇ ਪਏ ਹਾਂ, ਇਸੇ ਲਈ ਬੱਚੇ ਜਿਹੜੇ ਨੇ ਉਹਨਾਂ ਦਾ ਮੋਹ ਭੰਗ ਹੋ ਰਿਹਾ ਹੈ ਤੇ ਉਹ ਬੱਚੇ ਫਿਰ ਸਕੂਲਾਂ 'ਚ ਜਾ ਕੇ ਵੀ, ਕਿਉਂਕਿ ਸਕੂਲਾਂ 'ਚ ਜਾਓ ਤਾਂ ਉੱਥੇ ਤਾਂ ਸੁੱਖ ਨਾਲ ਉਹ ਪਹਿਲਾਂ ਹੀ ਤੁਹਾਨੂੰ ਜੁਰਮਾਨਾ ਲਗਾ ਦਿੰਦੇ ਨੇ ਵੀ ਤੁਸੀਂ ਪੰਜਾਬੀ ਬੋਲ ਨਹੀਂ ਸਕਦੇ। ਘਰਾਂ ਦੇ ਵਿੱਚ ਮਾਵਾਂ ਦਾ ਜ਼ੋਰ ਲੱਗਿਆ ਹੁੰਦਾ ਵੀ ਉੱਥੇ ਜੁਰਮਾਨਾ ਨਾ ਲੱਗ ਜਾਵੇ, ਇਸ ਲਈ ਇੱਥੇ ਘਰੇ ਆਪਾਂ ਇਹਨੂੰ ਇੰਨੀ ਆਦਤ ਪਾ ਦਈਏ ਕਿ ਪੰਜਾਬੀ ਤੋਂ ਪਰੇ ਹੋ ਜਾਵੇ। ਸੋ ਇਹ ਗੱਲਾਂ ਛੱਡਣੀਆਂ ਪੈਣਗੀਆਂ, ਤਾਂ ਹੀ ਪੰਜਾਬੀ ਜਿਉਂਦੀ ਰਹੇਗੀ, ਤੇ ਜੇ ਪੰਜਾਬੀ ਜਿਉਂਦੀ ਰਹੇਗੀ ਤਾਂ ਹੀ ਪੰਜਾਬ ਜਿਉਂਦਾ ਰਹੇਗਾ ਤੇ ਅਸੀਂ ਲੋਕ ਜਿਉਂਦੇ ਰਵਾਂਗੇ। ਸੋ ਇਹ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਤੇ ਇਹ ਕੋਸ਼ਿਸ਼ ਕਰਨੀ ਪਏਗੀ, ਸਹੁੰ ਖਾਣੀ ਪਏਗੀ ਕਿ ਅਸੀਂ ਪੰਜਾਬੀ ਨੂੰ ਕੁਛ ਨਹੀਂ ਹੋਣ ਦੇਵਾਂਗੇ। ਬਾਕੀ ਫਿਲਹਾਲ ਦੇ ਲਈ ਹੁਣ ਪ੍ਰੋਗਰਾਮ ਸਮੇਟਣਾ ਪਏਗਾ ਜੀ, ਅਸੀਂ ਚੱਲਦੇ ਹਾਂ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।